ਉਜੀ ਤੇ ਚੜੂ ਪੋਚਾ ਹਾਂ ਮੰਮੀ ਗੇਟ ਬੰਦ ਕਰ ਲੈ ਹਵਾ ਬਹੁਤ ਚਲਦੀ ਐ ਮੰਮੀ ਤੁਸੀਂ ਤਾਂ ਬਹੁਤ ਟਾਈਮ ਲਾਤਾ ਇਹ ਵਸ ਤੈਨੂੰ ਕੀ ਦੱਸਾਂ ਮੈਂ ਕਰ ਮੀ ਤਾਂ ਦਵਾਰ ਮੈਨੂੰ ਪਾਣੀ ਦਾ ਗਲਾਸ ਦੇ ਮੈਂ ਦਵਾਈ ਲੈ ਲਵਾਂ ਆ ਜਾ ਨਾਲ ਤੇਨੂੰ ਕੋਈ ਗੱਲ ਦੱਸਾਂ ਆ ਗਈ ਆ ਗਈ ਬੱਸ ਸੁਣ ਮੈਨੂੰ ਵੀ ਬਹੁਤ ਔਈ ਟਾਈਮ ਲੱਗ ਗਿਆ ਕਰ ਮੀ ਜੇ ਮੇਰੀ ਤਾਂ ਦਵਾਈ ਲੇਟ ਹੋ ਗਈ ਭਾਈ ਮੈਨੂੰ ਤਾਂ ਪਾਣੀ ਦੇ ਜਲਦੀ ਹਾਂ ਮੰਮੀ ਦਿਨੀ ਹਲੋ ਬੱਲਿਆ ਕਰਮਿਤਾ ਤੇਰੀ ਕੋ ਗੱਲ ਦੱਸਾਂ ਹਾਂ ਮੈਂ ਬਹੁਤ ਆਈ ਤਮਾਸਾ ਹੋਇਆ ਪਿਆ ਦੱਸ ਕਿਹਜੇ ਟਾਈਮ ਆ ਗਏ ਦੇਖੀ ਕੀ ਹੋ ਗਿਆ ਜਿਹੜੀ ਤੇਰੀ ਤਾਈ ਦੀ ਕੁੜੀ ਰੁਸਕੇ ਨਹੀਂ ਆਈ ਹੋਈ ਹਾਂ ਪਰਮੋ ਹਾਂ ਹਾਂ ਹਜੇ ਉਹਨਾਂ ਮਹੀਨਾ ਹੀ ਹੋਇਆ ਆਈ ਨੂੰ ਹੂੰ ਉਹਦਾ ਪਰੌਣਾ ਆ ਗਿਆ ਤੇਰੇ ਤਾਏ ਉਹਨਾਂ ਨੂੰ ਕਹਿੰਦਾ ਮੈਂ ਤਾਂ ਕੁੜੀ ਨੂੰ ਲੈ ਕੇ ਜਾਉ ਤੇਰਾ ਤਾਇਆ ਰਤਾਈ ਅੜ ਗਏ ਕਹਿੰਦੇ ਭਾਈ ਤੂੰ ਕੁੱਟਮਾਰ ਕਰਦਾ ਸੀ ਨਹੀਂ ਭੇਜ ਦੇ ਕੁੜੀ ਨੂੰ ਲੈ ਸੁਣ ਲੈ ਪਰੌਣੇ ਦੀਆਂ ਅਜੀਬ ਗੱਲਾਂ ਕਹਿੰਦਾ ਜੇ ਤੁਸੀਂ ਕੁੜੀ ਨਹੀਂ ਤੋਰਦੇ ਤਾਂ ਮੈਂ ਵੀ ਨਹੀਂ ਜਾਂਦਾ ਬੈਠਾ ਉੱਥੇ ਰਾਮ ਨਾਲ ਮੰਮੀ ਫਿਰ ਤਾਂ ਪਰਮੂ ਤੋਰਦੀ ਹੋਣੀ ਖਾਣੂ ਤੋਰੀ ਐ ਹਜੇ ਨਹੀਂ ਤੋਰੀਓ ਇੱਥੇ ਹੀ ਐ ਪੂਰੇ 15 ਦਿਨ ਹੋ ਗਏ ਕਹਿੰਦੇ ਇੱਥੇ ਬੈਠਾ ਦਾੜਾ ਲਾਈ ਦੱਸ ਕੀ ਕਰਨ ਉਹ ਹਾਈ ਮੰਮੀ ਪਰ ਉਹਨੇ ਤਾਂ ਇੱਕ ਦਿਨ ਰੱਖਣਾ ਉਹ ਕਹ ਜਾਂਦਾ ਹੁਣ ਤਾਂ 15 ਦਿਨ ਹੋ ਗਏ ਬੈਠੇ ਨੂੰ ਉਹਨੇ ਸੋਚਿਆ ਹੀ ਨਹੀਂ ਕੁਸਾ ਪਰ ਉਹਨਾ ਤਾਂ ਧਰਨਾ ਲਾਈ ਬੈਠਾ ਕਹਿੰਦਾ ਜਿੰਨੇ ਦਿਨ ਤੁਸੀਂ ਕੁੜੀ ਨਹੀਂ ਤੋਰਦੇ ਮੈਂ ਵੀ ਇੱਥੇ ਹੀ ਰਹੂੰਗਾ ਕਰ ਲੋ ਗੱਲਾਂ ਠੰਡ ਦਾ ਟਾਈਮ ਆ ਮੰਮੀ ਹੋਰ ਠੰਡ ਐ ਨਹੀਂ ਪੈਂਦੀ ਐ ਹੁਣ ਤਾਂ ਉਹੀ ਨਹੀਂ ਕੰਮ ਬਣਦਾ ਹੈਗਾ ਪਰੌਣੇ ਤਰੌਣੇ ਦੀ ਰੋਟੀਆਂ ਤਾਂ ਉਹੀ ਨਹੀਂ ਪਕਦੀਆਂ ਹੁਣ ਅੱਜ ਗੱਲ ਬਹੁਤ ਔਖਾ ਭਾਈ ਬਹੁਤ ਔਖਾ ਦੱਸ ਉਹਨੇ ਤਾਂ ਕਮਾਲੇ ਕਰਤੀ ਪਰੌਣੇ ਨੇ ਮੰਮੀ ਫੇਰ ਕੀ ਬਣਿਆ ਪਰ ਮੋਰਾਂ ਦਾ ਲੈ ਬਣਨਾ ਕੀ ਤੀ ਤੇਰੇ ਤਾਇਆ ਤਾਈ ਨੇ ਹਾਰ ਕੇ ਜਰ ਨਾ ਉੱਠਿਆ ਉਹ ਘਰ ਤੋਂ ਤੋਰਤੀ ਉਹਨਾਂ ਨੇ ਕੁੜੀ ਚਾਰ ਬੰਦੇ ਇਕੱਠੇ ਕਰਕੇ ਪਹਿਲਾਂ ਤਾਂ ਹੋੜੀ ਕਰਦੇ ਤੇ ਵੀ ਕੁਟਮਾਰ ਕਰਦਾ ਸੀ ਨੀ ਭੈਜਦੇ ਕੁੜੀ ਫੇਰ ਪ੍ਰੌਣਾ ਤਾਂ ਦੁਖੀ ਹੋ ਗਏ ਭਾਈ ਯਾਰ 15 ਦਿਨ ਹੋ ਗਏ ਆਏ ਨਾ ਕੀ ਕਰਨ ਵਿਚਾਰੇ ਮੰਮੀ ਸੁਖਰਾ ਕੋਈ ਆਪਣਾ ਪ੍ਰੌਣਾ ਨਹੀਂ ਹੈਗਾ ਇਹ ਜਾਂ ਪ੍ਰੌਣਾ ਤਾਂ 2 ਦਿਨਾਂ ਸੰਭਣਾ ਔਖਾ ਹੋ ਜਾਂਦਾ ਹੈਗਾ ਇਹੀ ਜੀ ਠੰਡ ਚ ਸਹੀ ਗੱਲ ਆ ਤੇਰੀ ਕਰਮਜੀਤ ਅਬ ਐ ਲੈ ਵੱਜੀ ਆ ਦੇਖੀ ਕੌਣ ਆਇਆ ਪਤਾ ਨਹੀਂ ਦੇਖਿਆ ਮੰਮੀ ਕੌਣ ਹੈ ਆਏ ਹਾਏ ਇੱਕ ਤਾਂ ਠੰਡ ਦੇਖ ਲੈ ਕਿੰਨੇ ਹੋਈ ਪਈ ਐ ਘਰੇ ਵੀ ਟਿੱਕੇ ਨਹੀਂ ਪੈਂਦੇ ਹੈਗੇ ਲੋਕ ਦਾ ਸਿੱਕ ਤਾਂ ਹਏ ਮਾਰਗੀ ਮੇਰਾ ਲਾਡਲਾ ਭਾਈ ਆ ਗਿਆ ਹੋ ਠੀਕ ਹੋ ਇਹ ਜੁੱਗ ਜੁੱਗ ਵੀ ਭਾਈਆ ਮੇਰਾ ਦੇਸਾਂ ਦਾ ਰਾਜਾ ਭਾਈ ਹੋਰ ਵਧੀਆ ਸਾ ਤਸੀਂ ਦੱਸੋ ਕਰਦੇ ਸਭ ਠੀਕ ਠਾਕ ਨੇ ਬੈਂ ਵਧੀਆ ਵਧੀਆ ਆ ਜਾ ਬਹੁਤ ਹੀ ਚੰਗਾ ਹੋ ਗਿਆ ਵੀਰੇ ਮੇਰਾ ਤਾਂ ਮਨ ਖੁਸ਼ ਹੋ ਗਿਆ ਤੈਨੂੰ ਦੇਖ ਕੇ ਸੱਚੀ ਨਾ ਹਾਏ ਸ਼ੁਕਰ ਹੈ ਤੁਸੀਂ ਘਰੇ ਮਿਲ ਪਏ ਹੋਰ ਆ ਜਾ ਵੀਰੇ ਆਜਾ ਤਾਂ ਬਹੁਤ ਹੀ ਸੋਹਣਾ ਦਿਨ ਚੜਿਆ ਮੇਰਾ ਭਾਈ ਆ ਗਿਆ ਆ ਜਾ ਵੀਰੇ ਬੈਠ ਤੂੰ ਕੋਈ ਫੋਨ ਤਾਂ ਕਰ ਦਿੰਦਾ ਵੀ ਤੂੰ ਆ ਰਿਹਾ ਹੈ। ਨੱਸ ਫੋਨ ਕੀ ਕਰਨਾ ਭਾਣੇ? ਤੁੰਗੜਾ ਕੋਈ ਕੰਮ ਕਰਦੀ ਆ। ਇੱਥੇ ਤਾਂ ਘੋਡੇ ਘੜੀਸ ਦੀ ਫਰੀ ਜਾਨੀ ਆ। ਵੇ ਤੂੰ ਨਾ ਮਖੌਲ ਕਰਨ ਤੋਂ ਹਟੀ। ਮੈਂ ਤਾਂ ਤਾਂ ਕਹਿਣੀ ਆ ਮੈਂ ਖੀਰ ਬਣਾ ਕੇ ਰੱਖਦੀ। ਕੋਈ ਖਾਣ ਪੀਣ ਦੀ ਹੋਰ ਚੀਜ਼ ਬਣਾਉਂਦੀ। ਨਾਲੇ ਮੈਨੂੰ ਪਤਾ ਮੇਰੇ ਭਾਈ ਨੂੰ ਖੀਰ ਬਾਲੀ ਪਸੰਦ ਆ। ਤਾਂ ਕਰਕੇ ਕਹਿਣੀ ਆ ਮੈਂ ਤਾਂ। ਲੈ ਖੀਰ ਦੀ ਕਿਹੜੀ ਗੱਲ ਆ? ਖੀਰ ਤੁਸੀਂ ਬਣਾ ਲਓ। ਮੈਂ ਕਿਹੜਾ ਮਨਾ ਕੀਤਾ? ਥੋੜੀ ਜਿਹੀ ਲੇਟ ਖਾ ਲਾਂਗੇ। ਮੈਂ ਕਿਹੜਾ ਹੱਥ ਲਾ ਕੇ ਮੁੜਨਾ? ਇੱਕ ਦੋ ਦਿਨ ਤਾਂ ਰਹੇਗਾ ਵੀਰ ਸਾਡੇ ਕੋਲੇ ਉਹ ਇੱਕ ਦੋ ਦਿਨ ਦੀ ਗੱਲ ਛੱਡੋ ਭੈਣ ਤੁਸੀਂ ਪਹਿਲਾਂ ਖੀਰ ਤਾਂ ਖਿਲਾਓ ਫੇਰ ਦੇਖਦੇ ਹਾਂ ਕੋਈ ਨਾ ਕੋਈ ਨਾ ਤੇਰਾ ਆਪਣਾ ਘਰ ਹੈ ਜਿੰਨਾ ਸ਼ਿਰ ਮਰਜੀ ਰਹਿ ਮੈਂ ਬੁਲਾਉਣੀ ਆ ਬਹੂ ਨੂੰ ਕਰਮਜੀਤ ਆ ਜਾ ਬਾਹਰ ਤੇਰਾ ਮਾਮਾ ਆਇਆ ਚਾ ਜੀ ਆਂਮਾ ਜੀ ਸੱਚੀ ਗੱਲ ਭਾਈ ਹੋ ਠੀਕ ਹੋ ਹਾਂਜੀ ਹਾਂ ਵਧੀਆ ਨੜ ਤਾਂ ਚਾਹ ਬਣਾ ਲੈ ਨਾਲੇ ਦੇਖੀ ਤੇਰੇ ਬਾਪੇ ਨੂੰ ਖੀਰ ਵਾਲੀ ਪਸੰਦ ਆਂਦਾ ਖੀਰ ਬਣਾ ਲਾ ਵਧੀਆ ਜੀ ਹਾਂ ਮੰਮੀ ਆ ਗੱਲ ਸੁਣਿਆ ਭਾਈ ਜੇ ਖੀਰ ਬਣਾਉਣੀ ਆ ਨਾ ਤਾਂ ਵਿੱਚ ਕਾਜੂ ਬਦਾ ਮਜ਼ਰੂਰ ਪਾ ਲਿਓ ਹਨਾ ਸੁਆਦ ਲੱਗਦੇ ਆ ਠੀਕ ਹੈ ਮੰਮੀ ਸੁਆਦ ਲੱਗਦੇ ਆ ਉਹ ਉਹ ਆਪਣਾ ਭਾਣਜਾ ਨਹੀਂ ਦਿਖਦਾ ਕਿੱਥੇ ਆ ਤੇਰਾ ਭਾਣਜਾ ਤਾਂ ਵੀਰ ਗਿਆ ਵਾ ਡਿਊਟੀ ਲੇਟ ਆਉਂਦਾ ਵਿਚਾਰਾ ਅੱਛਾ ਉਹ ਲੈ ਲੇਟ ਤੋਂ ਗੱਲ ਯਾਦ ਆਈ ਉਹ ਬਾਹਰ ਕੁੜਕੇ ਵਾਲਾ ਖੜਾ ਉਹਨੂੰ ਮੈਂ ਪੈਸੇ ਦੇਣੇ ਭੁੱਲ ਗਿਆ ਅੱਛਾ ਫਿਰ ਦੇਆ ਦੇਆ ਵੀਰ ਜਾ ਉਹ ਤਾਂ ਦੇਖਦਾ ਹੁਣ ਖੜਾ ਉਹ ਪੈਣ ਗੱਲ ਇਦਾਂ ਵਾ ਕਿ ਮੇਰੇ ਕੋ ਨਾ ਪੈਸੇ ਖੁੱਲੇ ਨਹੀਂ ਹੈਗੇ ਮੇਰੇ ਲਵੇ ਨਾ 500 ਰੁਪਿਆ ਸੀ ਤੇ ਉਹ ਘੜੁਕੇ ਵਾਲਾ ਕੋਲ ਖੁੱਲੇ ਪੈਸੇ ਨਹੀਂ ਸੀਗੇ ਤੇ ਜੇ ਪਿਆਕਰ ਵੀਏ ਹੁੰਦੇ ਤਾਂ ਦੇ ਦੂੰਗਾ ਮੈਂ ਮੋੜ ਦੂੰਗਾ ਐਡੀ ਕੀ ਬੇਤਵਾਰੀ ਆ ਹੁਣ ਘੜੁਕੇ ਵਾਲਾ ਹੁਣ ਖੜਾ ਫਿਰ ਉਹਨੂੰ ਪੈਸੇ ਦੇਣੇ ਆ ਜੇ ਦੇ ਦੂੰ ਤਾਂ ਵਧੀਆ ਗੱਲ ਆ ਲੈ ਹੇ ਦੇਖੋ ਤਾਂ ਖੜਾ ਦੇਖਦਾ ਹੁਣਾ ਮੈਂ ਕੈਨੀਆਂ ਕਰਮਜੀਤ ਕਰਮਜੀਤ ਆ 50 ਰੁਪਏ ਫੜਾ ਕੇ ਆਈ ਬਾਹਰ ਖੜੁੱਕੇ ਵਾਲੇ ਨੇ ਵੀਰ ਚੱਲ ਕੋਈ ਨਾ ਕੋਈ ਕੋਈ ਨਾ ਆ ਆਏ ਨਾ ਸਮਝੋ ਵੀ ਵੀ ਭਰਾ ਤੇਰੇ ਕੋਲ ਪੈਸੇ ਆ ਨਹੀਂ ਗੇ ਪੈਸੇ ਬਹੁਤ ਨੇ ਪਰ ਖੁੱਲੇ ਰਹੀ ਸੀਗੇ ਚੱਲ ਕੋਈ ਨਾ ਤਾਂ ਮੈਨੂੰ ਪਤਾ ਵੀ ਤੇਰੇ ਕੋਲ ਪੈਸੇ ਦਾ ਬਥੇਰੇ ਨੇ ਸੁੱਖ ਨਾਲ ਮੰਮੀ ਮੈਂ ਲੱਗਿਆ ਕਿ ਇਹ ਕਿਹਦੇ ਦੇ ਦੇ ਗੱਲ ਸੁਣਾ 50 ਦਿਓ ਭਾਈ ਮੇਰੀ 50 ਚ ਗੱਲ ਹੋਈ ਹੋਈ ਆ ਆ ਥੋੜੇ ਤਾਂ ਨਾ ਬਾਹਰੇ ਪੈਸੇ ਮੰਗਦੇ ਨੇ ਓਰੇ ਆ ਅੱਡਾ ਪਿਆ ਵਾ ਬੇਬੀ ਰ ਮਹਿੰਗਾਈ ਦਾ ਜਮਾਨਾ ਹੈ ਕੀ ਕਰੀਏ ਹੁਣ ਨਾਲੇ ਤੂੰ ਥੋੜੇ ਬਹੁਤੇ ਰੱਖਿਆ ਕਰ ਟੁੱਟੇ ਹੋਏ ਪੈਸੇ ਉਹ ਸੀਗੇ ਵਾਧੂ ਨੇ ਪੈਸੇ ਤਾਂ ਟੁੱਟੇ ਨਹੀਂ ਸੀਗੇ ਤਾਂ ਕਰਕੇ ਐਂ ਤਾਂ ਮੈਂ ਜਾਣਦੀ ਆ ਪੈਸਾ ਤਾਂ ਬਥੇਰੇ ਨੇ ਸੁੱਖ ਨਾਲ ਤਾਂ ਜਹਾਜ਼ੇ ਤੱਕ ਨਹੀਂ ਆਇਆ ਹੈਗਾ ਭੈਣਾਂ ਨੂੰ ਰੋਟੀ ਪਾ ਕੇ ਦੇ ਦੇਣੀ ਆ ਸਾਰਾ ਕੀ ਕਰ ਰਸ ਸਤਿਆਨਾਥ ਹੋ ਜਾਣਾ ਜੇ ਰੋਟੀ ਆ ਗਈ ਤਾਂ ਮੈਂ ਖਾਣੀ ਕਰਾਂਗੀ ਹੁਣ ਤੱਕ ਨਹੀਂ ਆਇਆ ਹੈਗਾ ਕੀ ਦੇਖਦਾ ਵੀਰੇ ਮੈਂ ਤਾਂ ਇੰਨ ਕਹਿ ਦਿੱਤੀ 6 ਵਜ ਗਏ ਮੈਂ ਰੋਟੀ ਬਣਾਵਦਿਆਂ ਰੋਟੀ ਖਾ ਲਾ ਤੂੰ ਆਪਣੇ ਮੈਨੂੰ ਪਤਾ ਨਾਲੇ ਆਪਣੇ ਪਿੰਡਾਂ ਚ ਤਾਂ ਰੋਟੀ ਸਾਜ ਨਹੀਂ ਖਾ ਲੈਂਦੇ ਨੇ ਕੋਈ ਨਹੀਂ ਪਰ ਖਾ ਲੈਣੇ ਕਿਤੇ ਐਵੇਂ ਨਾ ਸੰਗੀ ਗਈ ਬੈਠਾ ਤੇਰੀ ਭੈਣ ਦਾ ਘਰ ਆ ਲੈ ਭਣੇ ਸੰਗਣਾ ਕਹਤੇ ਮੇਰਾ ਆਪਣਾ ਘਰ ਆ ਮੈਂ ਤਾਂ ਨਾ ਗੁਰਿੰਦਰ ਨੂੰ ਠੀਕਦਾ ਸੀਗਾ ਮੈਨੂੰ ਲੱਗਾ ਤੁਸੀਂ ਦੱਸਿਆ ਨਹੀਂ ਹੋਣਾ ਉਹਨੂੰ ਵੀ ਮਾਮਾ ਆਇਆ ਤੇਰਾ ਕਾ ਨੂੰ ਵੀਰ ਮੈਂ ਦੱਸਤਾ ਦਿੱਤਾ ਉਹਨੂੰ ਵੀ ਤੇਰਾ ਮਾਮਾ ਜੀ ਆਇਆ ਹੋਇਆ ਪਰ ਉਹਦੀ ਵਿਚਾਰੇ ਦੀ ਨੌਕਰੀ ਪ੍ਰਾਈਵੇਟ ਹੈ ਉਹ ਤਾਂ ਲੇਟ ਆਉਂਦਾ ਰੋਜ਼ ਏ ਫਿਰ ਮੈਂ ਤਾਂ ਭਾਣੇ ਰੋਟੀ ਗੁਰਿੰਦਰ ਨਾਲੇ ਖਾਊਂਗਾ ਗੁਰਿੰਦਰ ਗੁੱਸੇ ਹੋਊਗਾ ਉਹਨੇ ਕਹਣਾ ਮਾਮਾ ਕੱਲਾ ਹੀ ਰੋਟੀ ਖਾ ਗਿਆ ਮੇਰਾ ਇੰਤਜ਼ਾਰ ਵੀ ਨਹੀਂ ਕੀਤਾ ਹੈਗਾ ਚੱਲ ਚੰਗਾ ਭਾਈ ਤੇਰੀ ਮਰਜ਼ੀ ਐ ਮੈਂ ਤਾਂ ਐਂ ਕਹਿਣੀ ਸੀ ਕਿ ਤੇ ਮੇਰਾ ਭਾਈ ਭੁੱਖਾ ਹੀ ਨਾ ਬੈਠਾ ਰਹੇ ਨਹੀਂ 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 ਤੁਸੀਂ ਫਿਕਰ ਨਾ ਕਰੋ ਭਾਣੇ ਕਰ ਮੀਤੇ ਮੇਰੀ ਗੱਲ ਸੁਣ ਹਾਂਜੀ ਮੰਮੀ ਦੇਖੀ ਹਜੇ ਨਾ ਰੋਟੀ ਪਾਈ ਤੇਰਾ ਮਾਮਾ ਕਹਿੰਦਾ ਮੈਂ ਤਾਂ ਗੁਰਿੰਦਰ ਦੇ ਆਏ ਤੇ ਰੋਟੀ ਖਾਊਂਗਾ ਮੈਨੂੰ ਪਤਾ ਹੈ ਮੰਮੀ ਮਾਮਾ ਕਾਤੇ ਨਹੀਂ ਰੋਟੀ ਖਾ ਰਿਆ ਕਾਤੋ ਨਹੀਂ ਖਾਂਦਾ ਕੁੜੇ ਓਹੋ ਮੰਮੀ ਤੁਸੀਂ ਰੂਪੀ ਦੇ ਵਿਆਹ 'ਚ ਦੇਖਿਆ ਨਹੀਂ ਮਾਮੇ ਦਾ ਹਾਲ ਕਿਵੇਂ ਗਿਰਦਾ ਵਰਦਾ ਸੀ ਉਹ ਇਹਨਾਂ ਨੂੰ ਡੀਗ ਰਹੇ ਆਂ ਵੀ ਘੁੱਟ ਘੁੱਟ ਲਾ ਲਾਂਗੇ ਬੈਠ ਕੇ ਨਾ ਕੁੜੇ ਐ ਕਾਨੂੰ ਕਹਿੰਦੀ ਮੇਰੇ ਭਾਈ ਮਸਾਤਾ ਆਇਆ ਵਿਚਾਰਾ ਮੈਨੂੰ ਪਤਾ ਹੈ ਮੰਮੀ ਕਾਨੂੰ ਪੜਦੇ ਪਾਉਣੇ ਹੋ ਤੁਸੀਂ ਚੱਲ ਕੋਈ ਨਾ ਕੁੜੇ ਕਰ ਲੈਣ ਦੇ ਸ਼ਗਲ ਮੇਲਾ ਵਿਚਾਰਾ ਇੰਨੀ ਦੇਰ ਬਾਅਦ ਆਇਆ ਮਸਾਹੋ ਐਂ ਕਰਿਓ ਮੰਮੀ ਮੈਂ ਤਾਂ ਦੇਖ ਹੁਣ ਥੱਕੀ ਪਈ ਆਂ ਰੋਟੀ ਮੈਂ ਪਕਾ ਕੇ ਰੱਖ ਦੂੰਗੀ ਬਾਅਦ 'ਚ ਰੋਟੀ ਤੁਸੀਂ ਆਪ ਹੀ ਦੇ ਦਿਓ ਮਾਮੀ ਨੂੰ ਉਹਨਾਂ ਦਾ ਕੀ ਪਤਾ ਸ਼ਰਾਬੀਆਂ ਦਾ ਕੱਦ ਰੋਟੀ ਖਾਣ ਮੈਨੂੰ ਲੱਜ ਭਾਂਡੇ ਵੀ ਪਏ ਆ ਆ ਮਾਜੀ ਕਿਵੇਂ ਤਾਂ ਆਰਾਮ ਕਰਦੀ ਆ ਹੁਣ ਦੋ ਘੜੀ ਮਾਂ ਮੇਰੀ ਤਾਂ ਤੜਕੇ ਦੀ ਚਾਹ ਹੀ ਨਹੀਂ ਪੂਰੀ ਹੋਈ ਭਾਂਡਿਆਂ ਦੇ ਵੀ ਘਰਾ ਹੋਇਆ ਪਿਆਗਾ ਚਲ ਕੋਈ ਨਾ ਸਵੇਰੇ ਮੰਗੇ ਜਾਣਗੇ ਭਾਂਡੇ ਕੋਈ ਨਾ ਮੈਂ ਆਪੇ ਦੇ ਦੂੰਗੀ ਰੋਟੀ ਤੂੰ ਪੈ ਜਾ ਜਾ ਕੇ ਕਰ ਲੈ ਆਰਾਮ ਠੀਕ ਐ ਮਾਂ ਉਹ ਜਾਂ ਜਾ ਤੂੰ ਕੋ ਲੇਟ ਹੋ ਗਿਆ ਹਸਤਾ ਕਰਮਜੀਤ ਓ ਭਾਂਜਾ ਓ ਬੱਲੇ ਮਾਮਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਸਰੀ ਘਰ ਠੀਕ ਠਾਕ ਨਾ ਮੈਂ ਵਧੀਆ ਤੂੰ ਸੁਣਾ ਆ ਗਿਆ ਡਿਊਟੀ ਤੋਂ ਹੋਰ ਤੇ ਤੂੰ ਖਾਲੀ ਹੱਥ ਹੀ ਜਾਂਦੇ ਆ ਕਿਉਂ ਖਾਲੀ ਹੱਥ ਜਾਣਾ ਖਾਲੀ ਆ ਤਾਂ ਹਾਂਗਾ ਹੋਰ ਕੀ ਲੈ ਕੇ ਆਉਣਾ ਮੈਂ ਤੂੰ ਰੋਟੀਆਂ ਡੱਬ ਡੱਬ ਲੈ ਕੇ ਆਉਂਦਾ ਰੋਟੀ ਦਾ ਡੱਬਾ ਓ ਮਾਮੇ ਰੋਟੀ ਮੇਰੀ ਕੰਪਨੀ ਚ ਹੁੰਦੀ ਆ ਉੱਥੇ ਅੱਛਾ ਤੇ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਉਂ ਜਣਾ ਕਹਤੇ ਆ ਫਿਰ ਤੂੰ ਮੈਂ ਤਾਂ ਸਕੂਟਰੀ ਤੇ ਜਾਣਾ ਤੂੰ ਕਿਹ ਕੀ ਜਾਣਾ ਉਹ ਬਸ ਸਕੂਟਰੀ ਚਾਹੂ ਮੈਂ ਰੋਟੀ ਖਾਣ ਦਾ ਬੈਠਾ ਯਾਰ ਓਹੋ ਤੂੰ दारू ਦੀ ਗੱਲ ਕਰਦਾ ਹਾਂ ਉਹ ਲਿਆ ਮਾਮਾ ਲਿਆ ਮੈਨੂੰ ਕਰਤਾ ਸੀ ਮੰਮੀ ਨੇ ਫੋਨ ਅੱਛਾ ਐ ਕਰ ਤੂੰ ਤੂੰ ਦੰਦ ਤਿੱਖੇ ਕਰ ਮੈਂ ਗਲ ਲਾ ਕੇ ਕੱਪੜਾ ਮਾਰਦਾ ਹਾਂ ਜਲਦੀ ਆ ਜੀ ਫਿਰ ਮੈਂ ਹਾਂ ਸਲਾਦ ਨੂੰ ਕੱਟ ਲਈ ਮੈਂ ਹਾਂ ਬੈਠ 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 ਰਹਿ ਬੈਠ ਰਹਿ ਤਾ ਠੰਡੇ ਰੱਬ ਨੇ ਬਾਹਲੀ ਕਰੀ ਪਈ ਏ ਓਹੋ ਤੂੰ ਲੈ ਆ ਗਿਆ ਤੁਸੀਂ ਮੈਂ ਤਾਂ ਆ ਗਿਆ ਤੂੰ ਵੱਡ ਜਾ ਰਜਾਈ ਚ ਗੱਲ ਸੁਣ ਸਿੱਕਦਾ ਸਲਾਦ ਕੱਟਦੇ ਇੱਕ ਮੇ ਡਿੱਗੇ ਚਾਂਡੇ ਪਏ ਆ ਥੋੜੀ ਪੁੱਜੀ ਬਣਾ ਦੇ ਮੇਰੀ ਗੱਲ ਸੁਣੋ ਮੈਥੋਂ ਤਾਂ ਨਹੀਂ ਬਣਦੀ ਬਈ ਪੁੱਜੀ ਭਾਜੀ ਤੁਸੀਂ ਮੰਮੀ ਨੂੰ ਕਹਿ ਦਿਓ ਮੈਂ ਤਾਂ ਥੱਕ ਕੇ ਹੁਣ ਬੈਠੀ ਆਗੀ ਮੇਰੀ ਗੱਲ ਸੁਣੋ ਜਦੋਂ ਦਾ ਆਇਆਗਾ ਮਾਮਾ ਤਾਂ ਖਾਉ ਖਾਉਂਦੇ ਤਰੀਂਦਾ 15 ਵਜੇ ਤਾਂ ਉਹਨੇ ਚਾਹ ਪੀ ਲਈ ਮੇਰੀ ਸੁਣ ਗੱਲ ਉਹ ਪਿੰਡਾਂ ਵਾਲੇ ਐ ਚਾਹ ਤੇ ਬਿਗੈਰ ਇਹਨਾਂ ਦਾ ਸਰਦਾ ਨਹੀਂ ਮੈਨੂੰ ਤਾਂ ਆਂਦਿਆਂ ਨੂੰ ਪੁੱਛ ਲਿਆ ਕਹਿੰਦਾ ਖਾਲੀ ਹੱਥ ਆ ਸਮਝਦਾ ਪਹਿਲਾਂ ਹੀ ਗਿਆ ਤਾਂ ਮੈਂ ਮੈਂ ਵੀ ਪਖਾਣੇ ਜੇ ਪਾਉਂਦਾ ਤਾਂ ਉਹ ਹੁਣ ਜਦ ਤੱਕ ਦੋ ਕੁੱਟ ਨਹੀਂ ਲਾ ਲੂਗਾ ਉਹਨਾਂ ਰੋਟੀ ਨਹੀਂ ਖਾਣੀ ਉਹਨਾਂ ਸਾਰੀ ਰਾਜਗਰਤਾ ਕਰੀ ਜਾਣਾ ਨਾ ਉਹਨਾਂ ਪਹਿਣਾ ਨਾ ਪਹਿਣ ਦੇਣਾ ਉਹ ਤਾਂ ਮੈਨੂੰ ਕਦੋਂ ਦਾ ਡਿਕ ਰਿਹਾਗਾ ਮੇਰੀ ਗੱਲ ਸੁਣੋ ਜਾਦੀ ਮੂੰਹ ਜੇ ਨਾ ਲਾਇਓ ਬੜੀ ਮੋਟੀ ਭਲਾ ਕੇ ਉਹਨੂੰ ਪਾਉਣ ਦੀ ਕਰੇ ਤੜਕੇ ਭਗ ਜਾਊਗਾ ਪਰ ਤੂੰ ਕੀ ਕਰ ਲੈਣ ਤਾਂ ਇੱਕ ਦਿਨ ਚ ਮੈਨੂੰ ਤੂੰ ਹਾਂ ਐ ਕਰ ਤੂੰ ਉੱਠ ਅੰਡੇ ਦੀ ਭੂਜੀ ਬਣਾ ਦੇ ਨਾਲ ਸਲਾਦ ਕੱਟ ਦੇ ਹੋਰ ਛੇਤੀ ਨਿਬੜ ਗਏ ਪਈਏ ਮੈਂ ਡਿਊਟੀ ਜਾਣਾ ਸਵੇਰੇ ਆ ਜਾ ਠੰਡ ਚ ਕਿੱਥੇ ਪਾਗਾ ਕੁਛ ਨਹੀਂ ਦੋ ਮਿੰਟ ਲੱਗਣੇ ਆ ਜਾ ਆ ਜਾ بس ਮੁੰਰੇ ਦੇ ਦੋ ਤਿੰਨ ਬਟਨ ਟੁੱਟੇ ਪਏ ਨੇ ਸੂਈ ਥਾ ਕੇ ਮੰਮੀ ਹਾਂ ਵੀਰ ਮੈਂ ਤੁਹਾਡੇ ਨਾਲ ਨਾ ਗੱਲ ਕਰਨੀ ਸੀ ਇੱਕ ਕਰ ਲੈ ਕਰਮਜੀਤ ਮੰਮੀ ਹੋ ਨਾ ਮਾਮੇ ਨੂੰ ਕਿੰਨੇ ਦਿਨ ਹੋ ਗਿਆ ਇਹਨੂੰ ਮਾਮਾ ਜਾਣਦਾ ਨੋ ਹੀ ਨਹੀਂ ਲੈਂਦੇ ਹੈਗੇ ਚਲ ਕੋਈ ਨਾ ਜਿੱਥੇ ਆਪਾਂ ਤਿੰਨੇ ਜਣੇ ਰੋਟੀ ਖਾਣੇ ਆ ਉੱਥੇ ਦੋ ਰੋਟੀਆਂ ਹੀ ਖਾ ਲਿਆ ਕਰੂਗਾ ਮੰਮੀ ਦੋ ਰੋਟੀਆਂ ਦੀ ਗੱਲ ਨਹੀਂ ਹੈਗੀ ਆਪਣਾ ਦੇਖਿਓ ਖਰਚਾ ਕਿੰਨਾ ਵਧ ਗਿਆ ਦੇਖ ਲਓ ਆਪਣੀ ਪਿਛਲੀ ਵਾਰੀ 15 ਕਿਲੋ ਆਟਾ ਮਹੀਨੇ ਚ ਲੱਗਿਆ ਸੀ ਹਾਂ ਹਾਂ ਹੋਣ 10 ਦਿਨਾਂ ਚ ਲੱਗ ਗਿਆ ਫਿਰ ਦੇਖ ਲਓ ਦੁੱਧ ਕਿੰਨਾ ਆ ਰਿਹਾ ਚਾਹੇ ਆਪਣੀ ਤਾਂ ਇੰਨੀ ਬਣਦੀ ਹੈਗੀ ਫਿਰ ਦੇਖ ਲਓ ਨਾਲੇ ਦੇਸੀ ਘਿਓ ਬਿਨਾ ਮम्मा ਗੱਲ ਨਹੀਂ ਕਰਦਾ ਹੈਗਾ ਉਹ ਤਾਂ ਇਹਦੀ ਆਦਤ ਬਣੀ ਹੋਈ ਹੈ ਦੇਸੀ ਘਿਓ ਬਿਨਾ ਤਾਂ ਇਹ ਮੂੰਹ ਨਹੀਂ ਖੋਲਦਾ ਵੀਰ ਫਿਰ ਮੰਮੀ ਉਹੀ ਤਾਂ ਕਹਿਣੀ ਹੈ ਪ੍ਰਾਈਵੇਟ ਨੌਕਰੀ ਹੈਗੀ ਕਿੱਥੋਂ ਆਪਾਂ ਇੰਨਾ ਖਰਚਾ ਪੂਰਾ ਕਰਾਂਗੇ ਚੱਲ ਕੋਈ ਨਾ ਦੇਖੀ ਤੂੰ ਨਾ ਚਿੰਤਾ ਕਰ ਅੱਛਾ ਐ ਨਹੀਂ ਕਰਦੇ ਹੁੰਦੇ ਮੈਂ ਕਰ ਲੂੰਗੀ ਆਪੇ ਗੱਲ ਉਹਦੇ ਨਾਲ ਮੰਮੀ ਸੋਣ ਮੇਰੀ ਗੱਲ ਤਾਂ ਬੁਰੀ ਲੱਗਦੀ ਹੋਣੀ ਪਰ ਤੁਸੀਂ ਦੇਖ ਲਓ ਵੀ ਕਿੰਨਾ ਖਰਚ ਐ ਐਨ ਪ੍ਰਾਈਵੇਟ ਨੌਕਰੀ ਹੈਗੀ ਚਲ ਕੋਈ ਨਾ ਵੀਰ ਤੂੰ ਨਾ ਫਿਕਰ ਕਰ ਮੈਂ ਆਪੇ ਕਹਿ ਦੂੰਗੀ ਦੱਸ ਕੀ ਕਰਾਂ ਗੱਲ ਤਾਂ ਕਰਨੀ ਦੀ ਠੀਕ ਐ ਹੈ ਕਿੰਨੇ ਦਿਨ ਆਗੇ ਵੀਰ ਨੂੰ ਆਏ ਹੋਏ ਨੂੰ ਹੁਣ ਇਹਨੂੰ ਜਾਣਾ ਚਾਹੀਦਾ ਆਪਣੇ ਆਪ ਤੋਂ ਹੀ ਸ਼ਹਿਰਦਾਰੀ ਦਾ ਕੰਮ ਐ ਸਾਰੀਆਂ ਚੀਜ਼ਾਂ ਮੁੱਲ ਦੀਆਂ ਨੇ ਦੱਸ ਕੀ ਕਰੂਗਾ ਬੰਦਾ ਕਹਿਣੀ ਐ ਮੈਂ ਜੇ ਨਾਲ ਕਰਦੀ ਆਂ ਗੱਲ ਮੰਗਾ ਹੀ ਆ ਪਾਈ ਬਹੁਤ ਜ਼ਿਆਦੇ ਨਾਲੇ ਬਹੁ ਖਿਜਣ ਲੱਗੇ ਹੁਣ ਚਲ ਟਾਈਮ ਨਾਲ ਧੁੱਤੇਗੇ ਸੁੱਕ ਜਾਣਗੇ ਇੱਕ ਤਾਂ ਫੋਨ ਹੀ ਸੱਚੀ ਸਾਬ ਦੇ ਟਿਕਣ ਦਿੰਦਾ ਕਿਹਦਾ ਫੋਨ ਆ ਗਿਆ ਹਲੋ ਹਾਂ ਹਾਂ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਠਾਕ ਕਰਦੇ ਸਭ ਚਲੋ ਵਧੀਆ ਠੀਕੇ ਜੀ ਨਾਉ ਤਾਂ ਇੱਥੇ ਆ। ਠੀਕ ਐ। ਚੱਲ ਜਾਇਆ ਉਹ ਵਿਆਹ ਤਾਂ ਜਾਣਾ ਹੀ ਐ। ਜਾਇਆ ਜੋ ਮੈਂ ਕਹਿ ਦੇਣੀ ਉਹਨੂੰ ਭੇਜ ਦੇਣੀ ਐ। ਠੀਕ ਐ। ਨਾ ਉਹ ਹੁਣ ਗੁਰਿੰਦਰ ਜਾਊਗਾ ਇਹਨੂੰ ਬੱਸ ਚੜਾ ਦੇਊਗਾ। ਠੀਕ ਐ ਵੀਰੇ। ਮੈਂ ਭੇਜ ਦਿਆਂ ਫਿਰ। ਚੱਲ। ਚੰਗਾ ਕਰਿਆ ਤਾਂ। ਜਿਹੜਾ ਫੋਨ ਆ ਗਿਆ ਬੜੇ ਭਾਈ ਦਾ। ਇੱਥੇ ਵੀ ਹੁਣ ਜਵਾਕ ਕਾਣ ਤੇ ਪਏ ਨੇ। ਬਹੁਤ ਟਾਈਮ ਹੋ ਗਿਆ। ਕਹਿੰਨੀ ਆ ਮੈਂ ਉਹਨੂੰ ਜਾਊਗਾ ਵੀਰ ਧੀਰੇ ਨਾ ਭਾਣੇ ਵੀਰ ਮੇਰੀ ਗੱਲ ਸੁਣ ਬੜੇ ਵੀਰ ਦਾ ਜੈਲੇ ਦਾ ਫੋਨ ਆਇਆ ਕਹਿੰਦਾ ਭਾਣੇ ਧੀਰੇ ਨੂੰ ਭੇਜ ਦੇ ਨਾਲੇ ਤਾਂ ਵਿਆਹ ਜਾਣਾ ਉਹਨਾਂ ਨੇ ਨਾਲੇ ਕਹਿੰਦਾ ਡੰਗਰ ਮੱਜਾਂ ਦਾ ਔਖਾ ਹੋਇਆ ਪਿਆ ਸੰਭਲੂਗਾ ਕੇ ਇਹ ਭੈਣ ਮੇਰੀ ਏ ਜੇ ਮੈਂ ਕਿਤੇ 2-4 ਦਿਨ ਰਹਿ ਵੀ ਪੰਮਾ ਨਾ ਕਿਸੇ ਪਾਸੇ ਉਹ ਤਾਂ ਮੇਰੇ ਵੀ ਨਾ ਬਰਾਗ ਜਾਂਦੇ ਨੇ ਅੱਗੇ ਤਾਂ ਜਿਵੇਂ ਮੱਜਾਂ ਮੇਰੇ ਵੀ ਨਹੀਂ ਪੱਠੇ ਖਾਂਦੀਆਂ ਨੇ ਚੱਲ ਕੋਈ ਨਾ ਵੀਰ ਮੇਰੀ ਗੱਲ ਸੁਣ ਨਾਲੇ ਬੀਬੀ ਬਿਮਾਰ ਆ ਉਹ ਕੱਲੀ ਆ ਘਰ ਚ ਤੈਨੂੰ ਜਾਣਾ ਪਊਗਾ ਮੈਨੂੰ ਜਾਣਾ ਪਊਗਾ ਚੱਲ ਫਿਰ ਹੋਰ ਹੋਰ ਜਾਇਆ ਤੂੰ ਬਗ ਜਾ ਵਿਚਾਰਾ ਬੁਲਾਉਂਦਾ ਨੇ ਮੈਨੂੰ ਕਿਹਾ ਕਹਿੰਦਾ ਜ਼ਰੂਰ ਭੇਜ ਦੇ ਭੈਣ ਅੱਜੇ ਭੇਜ ਦੇ ਉਹਨੂੰ ਜੇ ਬੀਬੀ ਬਿਮਾਰ ਆ ਫਿਰ ਤਾਂ ਜਾਣਾ ਹੀ ਪੈਣਾ ਹੋਰ ਵੀਰ ਚੱਲ ਭੈਣ ਫਿਰ ਤੂੰ ਐਂ ਕਰ ਫਿਰ ਮੇਰਾ ਸਮਾਨ ਬੰਦ ਦੇ ਫਿਰ ਮੈਂ ਚਲੀ ਜਾਣਾ ਫਿਰ ਠੀਕ ਆ ਵੀਰ ਹਾਂ ਮੈਂ ਬੰਦਿਆ ਸਮਾਨ ਨਾਲੇ ਹੁਣ ਗ੍ਰਿੰਦਰ ਜਾਊਗਾ ਉਹ ਤੈਨੂੰ ਤਾਰ ਜੂਗਾ ਬੱਸ ਸਟੈਂਡ ਤੇ ਚਲੋ ਠੀਕ ਬੰਨਦਿਆਂ ਸਮਾਨ ਮੈਂ ਜਨਾਬ ਹੀ ਆਇਆ ਇਹਨਾਂ ਦੋ ਚਾਰ ਦਿਨ ਕਿਤੇ ਪਾਸੇ ਬੰਦਾ ਰਹਿ ਵੀ ਪਵੇ ਤਾਂ ਪਿੱਛੇ ਹੀ ਬਰਾਗ ਜਾਂਦੇ ਨੇ ਇਹ ਹੁਣ ਬੀਬੀ ਬਿਮਾਰ ਹੋ ਗਈ ਬੀਬੀ ਨੇ ਕਿਤੇ ਹੁਣੀ ਬਿਮਾਰ ਹੋਣਾ ਸੀ ਜਦੋਂ ਮੈਂ ਕਿਤੇ ਜਾਣਾ ਸੀ ਦੱਸ ਹੱਦ ਹੋਈ ਪਈ ਆ ਵੀ ਤੂੰ ਕਹਦੇ ਭਾਣ ਜਾਣ ਬਾਹਰ ਗਿਆ ਹੋਇਆ ਵੀ ਆਉਣਾ ਨਹੀਂ ਹਜੇ ਉਹਨੇ ਅੱਛਾ ਤਾਂ ਵਧੀਆ ਭਾਂਤ ਭਾਂਦੀ ਦਾਰੂ ਮਿਲਦੀ ਸੀਗੀ ਵਧੀਆ ਸੇਵਾ ਹੁੰਦੀ ਸੀ ਉੱਥੇ ਪਿੰਡ ਐਵੇਂ ਦੇਸੀ ਨਾਲ ਘੁਲੀ ਗਏ ਪਰ ਹੁਣ ਗੱਲ ਬੀਬੀ ਤੇ ਆ ਜਾਣਾ ਤਾਂ ਪੈਣਾ ਹੀ ਆ ਚੱਲ ਕੋਈ ਨਹੀਂ ਕਿਹੜਾ ਦੂਰ ਆ ਫੇਰ ਕਿਹੜਾ ਮਾਰ ਜਾਗੇ ਚਲੋ ਭਾਈ ਕਾਤੇ ਆ ਸਮਾਨ ਬੈਕ ਹੁਣ ਓਫੋ ਠੰਡ ਹੋ ਗਈ ਬਾਹਰ ਹੁਣ ਤਾਂ ਪੈਣਾ ਆਹ ਕੋਣ ਆਕੇ ਮਾਮਾ ਜੀ ਤੁਸੀਂ ਕੁਝ ਭੁੱਲ ਗਏ ਨਹੀਂ ਭਾਈ ਭੁੱਲਿਆ ਨਹੀਂ ਮੈਂ ਦੋ ਘੰਟੇ ਦਾ ਤਾਂ ਵਿਆਹ ਸੀ ਮੈਂ ਵਿਆਹ ਪਕਤਾ ਆਇਆ ਉਹਨਾਂ ਦਾ ਬੀਬੀ ਨੂੰ ਦਵਾਈ ਦਵਾਇਆ ਆ ਡੰਗਰਾਂ ਨੂੰ ਮੈਂ ਪੱਠੇ ਪਾਤੇ ਨਾਲੇ ਮੈਂ ਪਿੰਡ ਦੇ ਤਾਰੀ ਨੂੰ ਕਹਿਆ ਜਾ ਗਵਾਂਡੀਆਂ ਦੇ ਮੁੰਡੇ ਨੂੰ ਵੀ ਭਾਈ ਬੀਬੀ ਦਾ ਧਿਆਨ ਰੱਖੀ ਨਾਲੇ ਥੋੜਾ ਵੀ ਜੀ ਨਹੀਂ ਲੱਗਿਆ ਹੋਣਾ ਮਾਵੇਂ ਬਿਨਾ ਤੁਸੀਂ ਵੀ ਸੋਚਿਆ ਹੋਣਾ ਵੀ ਮम्मा ਦੋ ਚਾਰ ਦਿਨ ਹੋਰ ਰਹਿ ਜਾਂਦਾ ਆ ਲੱਫੜੋ ਭਾਈ ਕੋਈ ਨਹੀਂ ਅਸੀਂ ਇਕੜਿਆ ਤੀਗਾ ਫੇਰ ਆ ਗਿਆ ਦਾ ਸੇ ਦਾ ਕੀ ਕਰੀਏ ਜਮੀ ਹੱਦੇ ਕਰੀ ਗਈ ਇਹਨਾਂ ਨੇ ਨਾ ਵਾ ਨਾ ਤੂੰ ਠੰਡਾ ਬਹੁਤ ਆ ਉਸ ਨੂੰ ਪਾਈ ਨਾੜੀ ਤੂੰ ਮੈਨੂੰ ਨਾ ਕੁਟ ਕੇ ਚਾਹ ਬਣਾ ਦੇ ਠੀਕ ਹੈ ਮਾਮਾ ਜੀ ਬਣਾ ਦੇਣੀ ਹੋਰ ਓਹੋ ਆਲਾ ਮਾਲ ਖਾਵਾ ਪਾਣੀ ਮਗਾਵਾ ਚਲ ਪਾਣੀ ਤਾਂ ਪੀ ਉਹ ਤਾਂ ਹੈ ਕੋਈ ਆਹ ਮਾਲਕ ਆਈਏ ਪੁਰਾ ਸਭ ਜਿਹੜੇ ਕੰਮ ਲੱਗੇ ਹੋਏ ਆ ਇਹ ਜਿਹੜਾ ਖਾਂਦਾ ਕੀ ਹੈ ਜਿਹੜੇ ਸਾਰਾ ਦਿਨ ਚਾਹ ਚਾਏ ਖਰੀ ਜਾਂਦਾ ਵੀ ਦੱਸ ਹੁਣ ਪਿੰਡ ਤੋਂ ਤਾਂ ਆਏਗਾ ਤੂੰ ਚਾਹ ਪੀ ਕੇ ਆਏ ਹੋਵੇਂਗਾ ਖਰੀ ਜੋ ਚਾਹ ਦੇਖੂਂਗੇ ਕਿ ਦੀਆਂ ਇਹ ਖਾਂਦਾ ਕੀ ਹੈ ਪੁਰਾ ਹਾਈ ਤਾਂ ਹੀ ਚਾਹ ਨਿਆ ਕੋਟ ਅੱਛਾ ਮੈਂ ਖੜੂ ਚੇਤ ਮੜ ਆਇਆ ਕਰਵਜੀਤ ਹਾਂਜੀ ਮੰਮੀ ਕੀ ਕਰਦੀ ਆ ਭਾਈ ਕੁਛ ਨਹੀਂ ਮੰਮੀ ਭਾਂਡੇ ਮਾਂਜੀ ਗੱਟੀਆਂ ਨਾਲੇ ਚਾਹ ਕਰੀ ਤੀ ਹੈ ਮੰਮੀ ਹਾਂ ਇਹ ਮਾਮਾ ਫੇਰ ਆ ਗਿਆ ਫੇਰ ਆ ਗਿਆ ਹਾਂ ਇਹ ਤਾਂ ਅਜੇ ਸਵੇਰੇ ਛੱਡ ਕੇ ਆਇਆ ਗ੍ਰੀਦਰ ਮੰਮੀ ਮੇਰੀ ਗੱਲ ਦਾ ਗੁੱਸਾ ਤਾਂ ਕਰਿਓ ਨਾ ਦੇਖੀ ਅਜੇ 20 ਦਿਨ ਲਾ ਕੇ ਕਿਹਾ ਤੀਗਾ ਮਾਮਾ ਦੇਖੀ ਫੇਰ ਆ ਗਿਆ ਇਥੇ ਉਹ ਗੱਲ ਕਰ ਰਿਹਾਗਾ ਮम्मा ਤਾਂ ਵੀ ਭੈਣ ਘਰੇ ਪਾਈ ਹੁੰਦਾ ਸੋਹਰੇ ਘਰੇ ਜਵਾਈ ਹੁੰਦਾ ਚੰਗਾ ਥੋੜੀ ਲੱਗਦਾਗਾ ਮੰਮੀ ਇੰਨਾ ਚਿਰ ਬੈਠੇ ਨੇ ਮੰਮੀ ਇੱਕ ਗੱਲ ਹੋਰ ਦੱਸਾਂ ਲੱਗਦਾ ਇੱਕ ਕਿਉਂ ਦੋ ਮੈਨੂੰ ਦੋ ਦੱਸ ਕੋੜੇ ਮੰਮੀ ਮम्मा ਤਾਂ ਭੁੱਖੀ ਖਾਂਦਾ ਹੈ ਲਹ ਹੈ ਹਾਂ ਮੰਮੀ ਮੈਂ ਦੇਖਿਆ ਸੀ ਮੰਮੀ ਨੇ ਨਾ ਅਨਸਰ ਚਾਹ ਮੰਗੀ ਜਦ ਮੈਂ ਚਾਹ ਦੇਣ ਗਈ ਅੰਦਰ ਮम्मा ਭੁੱਖੀ ਖਾ ਰਿਹਾ ਸੀ ਲਹੋਰ ਤੈਨੂੰ ਭਲੇਖਾ ਪਿਆ ਹੋਣਾ ਕਰਮ ਜਿੱਤ ਚੂਰਨ ਚਰਨ ਹੋਣਾ ਕੋਈ ਭੁੱਖੇ ਪੱਕੀ ਨਹੀਂ ਹੋ ਖਾਂਦਾ ਮੰਮੀ ਭੁੱਖੀ تھی ਮੈਂ ਮਾਮਾ ਆਪ ਦੇਖੇਗਾ ਖਾਂਦਾ ਲਾ ਦੱਸ ਸਹ ਦੇਖ ਤੂੰ ਤਾਂ ਉਹਦੇ ਨਕਰ ਵੀਰ ਹੱਥ ਧੋਕਾ ਹੀ ਪੈ ਗਏ ਤੂੰ ਤਾਂ ਮੇਰੇ ਭਾਈ ਨੂੰ ਟਿਕਾ ਨਹੀਂ ਦਿੰਦੀ ਇੱਥੇ ਤੂੰ ਤਾਂ ਉਹੀ ਪੜਦੇ ਪਾਉਣੇ ਹੋਗੇ ਵੀਰ ਪੜਦੇ ਨਹੀਂ ਮੈਂ ਪਾਉਂਦੀ ਮੈਨੂੰ ਪਤਾ ਤੇਰਾ ਮਾਮਾ ਨਹੀਂ ਭੁੱਖੀ ਖਾਂਦਾ ਹੈਗਾ ਐਵੇਂ ਕਹੀ ਜਾਂਦੀ ਆ ਤੂੰ ਮੇਰੇ ਤਾਂ ਮੰਮੀ ਤੜਕੇ ਦੀ ਚਾਹੀ ਨਹੀਂ ਮੁਕਰੀ ਐਂ ਕਰੋ ਹੁਣ ਮਟਰ ਕੱਢ ਦੋ ਬੈਠ ਕੇ ਚੱਲ ਮਟਰ ਤਾਂ ਮੈਂ ਕੱਢ ਦੇਣੀ ਐ ਪਰਾ ਹੈ ਸੱਚੀ ਗੱਲ ਹੈ ਤੈਨੂੰ ਪੈ ਗਿਆ ਭਲੇਖਾ ਉਹ ਤਾਂ ਚੂਰਨ ਖਾਂਦਾ ਹੁਣ ਤੇਰਾ ਮਾਮਾ ਵਿਆਹ ਚੋਂ ਆਇਆ ਨਾ ਪੇਟ ਫੁੱਟ ਖਰਾਬ ਹੋ ਗਿਆ ਹੁਣ ਨਾਲੇ ਤੂੰ ਤਾਂ ਮੇਰੇ ਭਾਈ ਦੇ ਵੀ ਪਿੱਛੇ ਹੀ ਪੈ ਗਈ ਸੱਚੀ ਲੈ ਤੂੰ ਤਾਂ ਜੱਦਦਾ ਹੀ ਨਹੀਂ ਹੈਗੀ ਉਹਨੂੰ ਆ ਤਾਂ ਕੀ ਗਿਆ ਦੋ ਦਿਨ ਉਹ ਤੈਨੂੰ ਤਾਂ ਮੰਮੀ ਲੱਗਣੀ ਹੈ ਦੇਖਿਆ ਤਾਂ ਮੈਂ ਹੈਗਾ ਖਾਂਦਾ ਲੈ ਭਾਈ ਹੁਣ ਲੱਗਦਾ ਆਪਣਾ ਆਪਣਾ ਦਾ ਘਰ ਓਏ ਅੰਦਰ ਬਣ ਨਹੀਂ ਦਊਗਾ ਪਹਿਲਾਂ ਹੀ ਕਹਿ ਦਊਗਾ ਭਾਣ ਜੇ ਕਿਹੜੀ ਵੀ ਕੇ ਅੱਜ ਯਾਰ ਪ੍ਰਾਈਵੇਟ ਨੌਕਰੀ ਬੰਦਾ ਕੀ ਪਲਾਵੇ ਰੋਜ਼ ਰੋਜ਼ ਆ ਕਰਮਜੀਤ ਪਾਣੀ ਪਲਾ ਹਾਂਜੀ ਲੈ ਕੇ ਆ ਹਾਂ ਅੱਜ ਵਧੀਆ ਅੱਜ ਪੀਊਂਗਾ ਨਾ ਕੱਲਾ ਪੀਊਂਗਾ ਸ਼ਾਂਤੀ ਨਾਲ ਬੈਠ ਕੇ ਲਿਆ ਹਾਂ ਲਈ ਐਸੇ ਗੱਲ ਸੁਣ ਹੁਣ ਲੱਗ ਰਿਹਾ ਆਪਣਾ ਆਪਣਾ ਘਰ ਸ਼ਾਂਤੀ ਇਹ ਦੇਖ ਲੈ ਹੈ ਹੌਲੀ ਬੋਲੋ ਉਹ ਬੈਠਾ ਹੈਗਾ ਅੰਦਰ ਜੀ ਨੂੰ ਛੱਡ ਕੇ ਆਇ ਤੇ ਮਾਮਾ ਹਾਂ ਉਹ ਕਦੋਂ ਆ ਗਿਆ ਲੋਕਾਂ ਦੀ ਡਿਊਟੀ ਲਾਇਆ ਨਾਨੀ ਤੇ ਦਵਾਈ ਦਵਾ ਕੇ ਕਹਿੰਦਾ ਭਾਈ ਮੈਂ ਤਾਂ ਆ ਗਿਆ ਓਏ ਗੱਲ ਸੁਣ ਹਾਂਜੀ ਪਾਣੀ ਲੈ ਜਾ ਮੇਰੇ ਤਾਂ 부ਝ ਗਈ ਪਿਆਸ ਪਾਣੀ ਦਾ ਹੁਣ ਪੀ ਲਓ ਨਾ ਨਾ ਮੇਰੇ ਤਾਂ ਪਿਆਸ 부ਝ ਗਈ ਇੱਥੇ ਰੱਖਿਆ ਸੀ ਮੈਂ ਚਾਰਜਰ ਇੱਥੇ ਗਿਆ ਕਰਮਜੀਤ ਹਾਂਜੀ ਆ ਫੋਨ ਦਾ ਚਾਰਜਰ ਦੇਈ ਇੱਥੇ ਰੱਖਿਆ ਸੀ ਦਰਾਜ ਚ ਮੈਂ ਇੱਥੇ ਪਿਆ ਹੋਣਾ ਕਿਤੇ ਦੇਖ ਲਓ ਮੇਰਾ ਨਹੀਂ ਦਿਮਾਗ ਕੰਮ ਕਰਦਾ ਆਪੇ ਲੱਭ ਲਓ ਕੀ ਹੋ ਗਿਆ ਚੜੀ ਫਿਰਦੀ ਐ ਤੂੰ ਓ ਬਈ ਮੇਰੀ ਗੱਲ ਸੁਣੋ ਮੇਰੇ ਤਾਂ ਸਾਰਾ ਦਿਨ ਹੀ ਰੋਟੀ ਟੁਕ ਨਿਬੜਦਾ ਹੈਗਾ ਆਪਣੇ ਮਾਮੇ ਨੇ ਤੂੰ ਆਪ ਹੀ ਕਹੇ ਦੇ ਭਗ ਜੂਗਾ ਇੱਥੋਂ ਫੇਰ ਮੂੰਹ ਚੱਕ ਕੇ ਆ ਗਿਆ ਐਡਾ ਬਸਰਮ ਬੰਦਾ ਓਹੋ ਮੈਂ ਉਹਨੂੰ ਕਿਵੇਂ ਕਹਾਂ ਤਮਾ ਮਾਮਾ ਮੇਰਾ ਚੰਗਾ ਥੋੜੂ ਲੱਗਦਾ ਫਿਰ ਪਰ ਮੰਮੀ ਨੇ ਗੁੱਸਾ ਕਰਨਾ ਵੀ ਤੂੰ ਮੇਰੇ ਭਾਈ ਨੂੰ ਆਇਆ ਕਹਿੰਦਾ ਮੇਰੇ ਭਾਈ ਨੂੰ ਐ ਕਹਿੰਨਾ ਉਹ ਲੰਗ ਜੂਗਾ ਆਪੇ ਮੇਰੀ ਗੱਲ ਸੁਣੋ ਮਾਮਾ ਧਾਰੂ ਤਾਂ ਧਾਰੂ ਮਾਮਾ ਤਾਂ ਪੁੱਕੀ ਵੀ ਖੰਦਾ ਪੁੱਕੇ ਹਾਂ ਮਾਮਾ ਹਾਂ ਮੈਂ ਦੇਖੀ ਮਮਮੀ ਨੂੰ ਦੱਸਿਆ ਮਮਮੀ ਕਹਿੰਦੀ ਪੇਟ ਬੂਟ ਖਰਾਬ ਹੋ ਗਿਆ ਉਹਨਾਂ ਕਹਿੰਦੀ ਚੂਰ ਨਾ ਖਾਂਦਾ ਲੈ ਹਾਂ ਕਹਿੰਦੇ ਮਨੂੰ ਭੁੱਖੀ ਅ ਚੂਰੰ ਦਾ ਪਤਾ ਹੀ ਨਹੀਂ ਹੈਗਾ ਮੈਂ ਅੰਦਰ ਦੇਖਿਆ ਮਾਮਾ ਤਾਂ ਹੀ ਮਿੱਥੋ ਚਾ ਮਗੀ ਜਾਂਦਾ ਬਾਰ ਬਾਰ ਦੇਖੀ ਮੈਂ ਮਮਮੀ ਨੂੰ ਕਹਾਂ ਮਮਮੀ ਮੈਂ ਖਫੇਰ ਆ ਗਿਆ ਮਾਮਾ ਤਾਂ ਕਹਿੰਦੀ ਤੁਸੀਂ ਤਾਂ ਮਾ ਘਰ ਪੈ ਗਏ ਕਹਿੰਦੀ ਹੱਥ ਧੋ ਕੇ ਨਹੀਂ ਮਮਮੀ ਨੂੰ ਐ ਨਹੀਂ ਪਤਾ ਲੱਗਦਾ ਹੈਗਾ ਵੀ ਪ੍ਰਾਈਵੇਟ ਨੌਕਰੀ ਹੈ ਸ਼ਹਿਰਦਾਰੀ ਦਾ ਕੰਮ ਹੈ ਸਾਰਾ ਕੁਝ ਮੁੱਲ ਦਾ ਹੈਗਾ ਮੇਰੀ ਗੱਲ ਸੁਣੋ ਮਮਮੀ ਨਹੀਂ ਕੁਝ ਕਹਿੰਦੀ ਹੈਗੀ ਤੁਸੀਂ ਕਿਸੇ ਨਾ ਕਿਸੇ ਲੋਟ ਇਹਨੂੰ ਭੇਜੋ ਇੱਥੋਂ ਮੈਂ ਤਾਂ ਦੁਖੀ ਹੋਈ ਪਈ ਆ ਇਥੋਂ ਐਨੇ ਕਹਿ ਸਕਦੇ ਆਪਾਂ ਐਂ ਕਰਦਾ ਮੈਂ ਇਸ ਸਕੀਮ ਨਾਲ ਕੱਢੀਏ ਬਾਹਰ ਸਕੀਮ ਨਾਲ ਕਿਵੇਂ ਕੱਢੀ ਐ ਕਰਦਾਂ ਅੱਜ ਮੈਂ ਇਹਨੂੰ ਐ ਤਾਂ ਆਪਾਂ ਕਹਿ ਨਹੀਂ ਸਕਦੇ ਕੁਝ ਇਹਨੂੰ ਐ ਕਰਦਾ ਇਹਨੂੰ ਪਲਾ ਕੇ ਨਾ दारू ਇਹਨੂੰ दारू ਪੀਤੀ ਚ ਦੋ ਚਾਰ ਗੱਲਾਂ ਸੁਣਾਵਾ ਜਲੀਲ ਕਰਾਂ ਇਹਨੂੰ ਆਪੇ ਬੇਸ਼ਰਮ ਹੋ ਕੇ ਨਿਕਲ ਜੂਗਾ ਮੇਰੀ ਗੱਲ ਸੁਣਾ ਫੇਰਾ ਕਰੇ ਨਾ ਡੇਰਾ ਲਾਇਓ ਅੱਛਾ ਤਾਂ ਦਿਰਾ ਤੱਕ ਉਹ ਆ ਕਰੀ ਜਾਊਗਾ ਬੈਠਾ ਇਹਨੂੰ ਬਾਹਰ ਹੀ ਲੈ ਜਾਓ ਕਿਤੇ ਚੰਗੀ ਖੜਕੱਤੀ ਕਰੀ ਦੇ ਗੱਲਾਂ ਚ ਚਲ ਐਂ ਕਰਦਾ ਮੈਂ ਐਡਾ ਬਸਰਮਾ ਬੰਦਾ ਮੈਂ ਇਹਨੂੰ ਬਾਹਰ ਲੈ ਜੈਣਾ ਇਹਨੂੰ ਬਾਹਰ ਪਲਾ ਕੇ ਲਿਆਉਣਾ ਇਹਨੂੰ ਕੁਝ ਗੱਲਾਂ ਮੈਂ ਕਹੂੰਗਾ ਬਾਹਰ ਕੁਝ ਗੱਲਾਂ ਕਹੂੰਗਾ ਮੈਂ ਘਰੇ ਜਿਹੜੀਆਂ ਇਹਨੂੰ ਤੁਹਾਡੇ ਸਾਹਮਣੇ ਚੰਗੀਆਂ ਲੱਗਣ ਬਾਹਰ ਤਾਂ ਇਹ ਗੱਲਾਂ ਵੇਗੋਰੀਆਂ ਕਰ ਦੂਗਾ ਥੋੜੇ ਦੇ ਮੈਂ ਤੁਹਾਡੇ ਦੇ ਮੰਮੀ ਮੂਰੇ ਗੱਲ ਕਹੂੰਗਾ ਇਹਨੂੰ ਫੇਰ ਨਾ ਸ਼ਰਮਜੀ ਹੋਊਗੀ ਕੀ ਬਤਾ ਲੰਗੇ ਜਾਵੇ ਕਹਿ ਕੇ ਦੇਖ ਲਿਓ ਐਡਾ ਬਸਰਮਾ ਬੰਦਾ ਨਹੀਂ ਮੈਂ ਦੇਖਿਆ ਕਹੇਗਾ ਮੇਰੇ ਮਾਮੇ ਨੂੰ ਕਹਿੰਦੀ ਨਹੀਂ ਨਹੀਂ ਮੈਨੂੰ ਪਤਾ ਮੇਰੇ ਮਾਮੇ ਦਾ ਚਲ ਕੋਈ ਨਹੀਂ ਮੈਂ ਦੇਖਦਾ ਕਰਦਾ ਕੁਝ ਆਜਾ 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 ਮੈਨੂੰ ਤੂੰ ਸ਼ਰਾਬੀ ਸਮਝਦਾ ਪਾਣਿਆ ਮਾਮੇ ਨਹੀਂ ਸ਼ਰਾਬੀ ਠੀਕ ਹੈ ਤੂੰ ਬਿਲਕੁਲ ਠੀਕ ਹੈ ਤੂੰ ਕੌਣ ਕਹਿੰਦਾ ਸ਼ਰਾਬੀ ਤੈਨੂੰ ਸ਼ਰਾਬੀ ਮਰਨਾ ਕਿਸੇ ਨੇ ਆ ਲੈ ਤੂੰ ਆ ਆਇਆਗਾ ਤੇ ਮੈਨੂੰ ਮੈਂ ਤਾਂ ਰਿਸਪੈਕਟ ਕਰਦਾ ਮਾਮੇ ਤੇਰੀ ਬੈਠ 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 ਫਿਰ ਕਰਦੇ ਗੱਲ ਆਪਾਂ ਅੱਛਾ ਹੁਣ ਦੱਸ ਤੂੰ ਪਿੰਡ ਦੇ ਬੰਦੇ ਦੀ ਗੱਲ ਕਹਿੰਦਾ ਤਾਂ ਫਿਰ ਕੀ ਹੋਇਆ ਅੱਗੇ ਮੈਂ ਤੈਨੂੰ ਇਹ ਗੱਲ ਕਹਿਣਾ ਜੇ ਸਾੜਾ ਕੋਈ ਪਿੰਡ 'ਚ ਤਾਨੂੰ ਕੋਈ ਤਿੰਨ ਪੰਜ ਕਰੇ ਤਾਂ ਆਪਣੇ ਮਮੇ ਨਾਲ ਗੱਲ ਕਰਨੀ ਤੱਕ ਕਰੇ ਜਾ ਕੇ ਫੇਰ ਮਾਰਨਾ ਮੈਂ ਤਾਂ ਉਹ ਨਹੀਂ ਗੱਲ ਜਾਤਾ ਨਾ ਡਰਨਾ ਨਹੀਂ ਤਰਾ ਮਮਾ ਬਟਰਾ ਮਮਾ ਮੰਮੀ ਚਲ ਠੀਕ ਹੈ ਮੈਂ ਤੇਰੀ ਗੱਲ ਮੰਨਦਾ ਮੈਂ ਤੇ ਤਾਂ ਸਲਾਹ ਲੈਣੀ ਸੀ ਇੱਕ ਪੁੱਛ ਪਾਣ ਜੇ ਇੱਕ ਇੱਕ ਪੁੱਛ ਤਾਂ ਦੂ ਦੋਸਰਾ ਪੁੱਛ ਹਾਂ ਮੰਮੀ ਜੇ ਤੇਰੇ ਘਰੇ ਕੋਈ ਰਿਸ਼ਤਦਾਰ ਆਜੇ 15-20 ਦਿਨ ਰਹੇ ਉਹਨੂੰ ਕਿੰਨਾ ਸੀ ਕਹੀ ਜਾਈਏ ਵੀ ਤੂੰ ਜਾ 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 ਉਹ ਜਾਵੇ ਨਾ ਮੰਮੀ ਕੀ ਕਰੇਗਾ ਤੂੰ ਮੈਂ ਸਾਲੇ ਨੂੰ ਘਰ ਤੋਂ ਫੜ ਕੇ ਬਾਹਰ ਕੱਢ ਦੂੰ ਚਲ ਕਰੋ ਪਰਸ ਮੰਮੀ ਇੱਕ ਰਿਸ਼ਤਦਾਰ ਮੇਰੇ ਘਰੇ ਵੀ ਆ ਕੇ ਬੈਠਾ 15-20 ਦਿਨ ਤੂੰ ਹੈਂ ਹਾਂ ਮੈਂ ਉਹਨੂੰ ਧੌਣ ਤੋਂ ਫੜ ਕੇ ਫਿਰ ਬਾਹਰ ਕੱਢਦਾ ਕਿੱਥੇ ਮੈਨੂੰ ਪਲਰ ਸਾਰਾ ਬੰਦ ਦੱਸ ਕਿਥੇ ਤੇ ਜਿਹੜਾ ਮੇਰੇ ਭਾਣ ਦੇ ਘਰੇ ਡੇਰਾ ਲਈ ਬੈਠਾ ਮੈਂ ਖੜਦਾ ਮਰ ਮੇਰੇ ਭਾਣ ਦੇ ਘਰੇ ਡੇਰਾ ਲਈ ਬੈਠਾ ਓਏ ਗੜਾ ਮੈਂ ਭਾਣ ਦੇ ਘਰੇ ਡੇਰਾ ਲਈ ਬੈਠਾ ਨਿਕਲ ਕੀ ਹੈ ਬੰਦਾ ਹਾਂ ਤੂੰ ਮੇਰੇ ਭਾਣ ਦੇ ਘਰੇ ਡੇਰਾ ਲਈ ਬੈਠਾ ਇਹ ਬੇਇੱਜ਼ਤੀ ਕਰੀਂ ਓ ਮੈਂ ਤਾਂ ਤੇ ਪਰੇ ਪਰ ਕਰ ਦੂੰ ਤੈਨੂੰ ਕਿਹੜਾ ਮੈਂ ਓ ਨਿਕਲ ਨਿਕਲ ਓਏ ਭਾਂਦੇ ਦੇ ਘਰੇ ਜਿਹੜਾ ਇਕੱਠਾ ਵੀ ਤੂੰ ਮੇਰੇ ਘਰੇ 15 ਦਿਨ ਤੋਂ ਬੈਠਾ ਦੱਸ ਹੈ ਕਿ ਆਸ਼ਰਾਬੀ ਨਾਲ ਮੱਥਾ ਮਾਰੀਏ ਦੱਸ ਓ ਨਿਕਲ ਓਏ ਓਏ ਯਾਰ ਓਏ ਇਹ ਕਿਵੇਂ ਆਪਾਂ ਜੇ ਗਰਲਸ ਫੜਮ ਲਈ ਓ ਓਰੇ ਓਰੇ ਇਹ ਦੋ ਮੇਰੇ ਗਰਲਸ ਹੋ ਲੋ ਮੇ ਗਰਲਸ ਹੀ ਹੋ ਗਿਆ ਆਪਾਂ ਜਿਹੜੇ ਜਿਹੜਾ ਬੰਦਾ ਬੈਠਾ ਨਾ ਆਪਾਂ ਉਹਨੂੰ ਸਵੇਰੇ ਕੱਢਾ ਉਹਨੂੰ ਇੱਕ ਵਾਰ ਸੁਣਦੇ ਰਹੇ ਹੁਣ ਮਨ ਆਉਂਦੀ ਨਹੀਂ ਹੁਣ ਮੈਰ ਇੱਥੇ ਪੜਾ ਉਹ मामੇ ਤੇਰਾ ਉਧਰ ਮੰਜਾ ਡਾਇਆ ਵਾ ਪਰਲੇ ਕਮਰੇ ਚ ਉਹ ਅੱਜ ਮੈਂ ਆਪਣੇ ਬੈੱਡ 'ਤੇ ਨਾ ਪੈਣਾ ਮਾਂ ਮਾ ਤੇ ਸਮਝਾ ਉਹ मामੇ ਤੇਰਾ ਉਧਰ ਮੰਜਾ ਡਾਇਆ ਵਾ ਤੂੰ ਮੰਨਦਾ ਕਦੇ ਨਹੀਂ ਆ ਮੈਂ ਇੱਥੇ ਪੜਨਾ ਬਸ ਤੂੰ ਨਹੀਂ ਆਇਆ ਏ ਵਾਹਿਗੁਰੂ ਏ ਵਾਹਿਗੁਰੂ ਉਹ ਇਹਨੂੰ ਭਲਾਈ ਕਿਹੜੇ ਕੰਮ ਨੂੰ ਤੇ ਵੀ ਬਿਸ਼ਰਮ ਹੋ ਕੇ ਨਿਕਲ ਜਾਊਗਾ ਇਹ ਤਾਂ ਗੱਲ ਨੂੰ ਉਲਟ ਲੈ ਗਿਆ ਯਾਰ ਕੀ ਕਰਾਂ ਮਾਮੇ ਤੇਰਾ ਮੰਜਾ ਡਾਇਆ ਉਧਰ ਉਹ ਉਹ ਮੜੇ ਆਸੇ ਪੈ ਮੇਰੇ ਨਾਲ ਪਰ ਬਸ ਐਸੇ ਪਿਆ ਕਿਆ ਜੱਬੋ ਛੇੜ ਲਿਆ ਯਾਰ ਇਹ ਕਰਮਜੀਤ ਇਹ ਕਰਮਜੀਤ ਹਾਂਜੀ ਉਹ ਪੈ ਗਿਆ ਅੰਦਰ ਬਸ ਆਹੀ ਕਾਸੇ ਰਹਗੀ ਤੀ ਦੇਖ ਲੋ ਹੁਣ ਫਿਰ ਕੈਨੇ ਕਰਮਜੀਤ ਬੋਲਦੀ ਐ ਬੇ ਪੁੱਤ ਕੀ ਹੋਊਗਾ ਕਿਉਂ ਲੜੀ ਜਾਂਦੇ ਹੋ ਤੁਸੀਂ ਦੋਵੇਂ ਆਓ ਦੇਖ ਲਓ ਮੰਮੀ ਅੰਦਰ ਉਹ ਮਾਮਾ ਅੰਦਰ ਪੈ ਗਿਆ ਉਹ ਨਾਲ ਉਹਦਾ ਮੰਜਾ ਡਾਇਆ ਹੋਇਆ ਉਧਰਲੇ ਪਾਸੇ ਫੇਰ ਉਹ ਸ਼ਰਾਬੀ ਕੇ ਅੰਦਰ ਪੈ ਗਿਆ ਪੁੱਤੋਂ ਨੇ ਸ਼ਰਾਬ ਪੀ ਲਈ ਬਹੁਤੀ ਤਾਂ ਹੋਇਆ ਕੁਛ ਕਰਦਾ ਚੱਲ ਕੋਈ ਨਾ ਤੀ ਤੂੰ ਮੇਰੇ ਕਮਰੇ ਚ ਪੈ ਜਾ ਆ ਜਾ ਮੇਰੇ ਕੋਲ ਕੋਈ ਨਾ ਕਲੇਸ਼ ਨਹੀਂ ਕਰਦੇ ਹੁੰਦੇ ਮੈਂ ਸਮਝਾਉਂਗੀ ਉਹਨੂੰ ਜਦੋਂ ਉੱਠੂਗਾ ਸਵੇਰੇ ਕੋਈ ਨਾ ਚੱਲ ਆ ਜਾ ਮੇਰੀ ਧੀ ਉਹ ਪੁੱਤ ਆ ਜਾ ਤੂੰ ਇੱਥੇ ਮੇਰੇ ਕੋਲ ਬੈ ਜਾ ਗ੍ਰਿੰਦਰ ਉਧਰ ਹੋਏ ਉਹਦੇ ਕੋਲ ਪੈ ਜਾਂਦਾ ਪੁੱਤੋਂ ਤਾਂ ਹੈਗਾ ਜਿਹੜਾ ਜ ਹੈਗਾ ਉਹ ਆਪਣੇ ਕਾਨੂੰ ਆਪਣੇ ਘਰ ਚ ਕਲੇਸ਼ ਪਾਉਣਾ ਚੱਲ ਕੋਈ ਨਹੀਂ ਮੈਂ ਉੱਧਰ ਪੈ ਜਾਂਦਾ ਫਿਰ ਮੰਮੀ ਚੱਲ ਮੇਰੇ ਜਾਈ ਚੱਕ ਲਿਆ ਵਾ ਫਿਰ ਹੋਰ ਚੱਕ ਲੈ ਪੁੱਤ ਆਪਾਂ ਦੋਨੇ ਪੈ ਜਾਵਾਂਗੇ ਦੱਸ ਜਵਾਕਾਂ ਦਾ ਕੀ ਦੋਸ ਹੈ ਇਹ ਵੀ ਵਿਚਾਰੇ ਕੀ ਕਰਨ ਉਹਨੇ ਬਹੁਤੀ ਬਿਸ਼ਰਮੀ ਫੜ ਲਈ ਦੱਸ ਉਹਨਾਂ ਦੇ ਵਜਾ ਕੇ ਬੈੱਡਾਂ ਤੇ ਪੈ ਗਿਆ ਬਹੂ ਵਿਚਾਰੀ ਹੈਰਾਨ ਹੁੰਦੀ ਫਿਰਦੀ ਹੈ ਕੀ ਕਰਾਂ ਇਹਦਾ ਐਵੇਂ ਵੀ ਕਿਤੇ ਕਰਦੇ ਹੁੰਦੇ ਨੇ ਸ਼ਰਾਬ ਬਹੁਤੀ ਫੀਲੀ ਹੁਣ ਪਤਾ ਨਹੀਂ ਆਪਣੇ ਆਪ ਦਾ ਇਹ ਤਾਂ ਕੁਝ ਮੈਨੂੰ ਕਰਨਾ ਪਊਗਾ ਇਹ ਨਹੀਂ ਐਵੇਂ ਇੱਥੋਂ ਨਿਕਲਦਾ ਹੈਗਾ

ਕੀ ਸੋਚਦੀ ਆ ਬੇਬੀ ਰਮਾ ਮੈਂ ਕੀ ਸੋਚਣਾ ਮੇਰ ਦਾ ਰਾਤ ਸੁਪਨੇ ਚ ਮਾਂ ਆਈ ਜਣੀ ਦੀ ਬਿਮਾਰ ਐ ਮੈਨੂੰ ਕਹਿੰਦੀ ਏ ਧੀਏ ਤੂੰ ਮੇਰੇ ਕੋਲ ਆ ਜਾ ਚਾਰ ਦਿਨ ਮੇਰਾ ਨਹੀਂ ਕੁਝ ਪਤਾ ਹੈਗਾ ਮੇਰਾ ਤਾਂ ਵੀਰ ਜੀ ਨਹੀਂ ਲੱਗਦਾ ਸੱਚੀ ਲੈ ਮੈਂ ਤਾਂ ਆਪਣੀ ਮਾਂ ਨੂੰ ਮਿਲਣ ਜਾਣੀ ਐ ਮੈਂ ਤਾਂ ਕਹਿਨੀ ਆ ਕਰਮਜੀਤ ਨੂੰ ਭਾਈ ਕਰਮਜੀਤ ਮੈਂ ਤਾਂ ਚਾਰ ਦਿਨ ਜਾ ਕੇ ਆਉਂਗੀ ਮੈਂ ਨਹੀਂ ਹੁਣ ਇੱਥੇ ਰਹਿੰਦੀ ਰਹਾਂਗੀ ਜੇ ਤੈ ਜਾਣਾ ਤੂੰ ਵੀ ਬਗ ਚੱਲ ਮੇਰੇ ਨਾਲ ਚੱਕ ਲੈ ਆਪਣੇ ਕੱਪੜੇ ਮਾਂ ਬੁਆਰਾ ਹੋਰ ਵੀਰ ਮੈਨੂੰ ਸੁਪਨਾ ਆਇਆ ਹੈ ਅੱਛਾ ਮੇਰੀ ਵੀ ਤਾਂ ਮਾਂ ਆਏ ਆ ਫਿਰ ਉਹ ਐਦਾਂ ਕਰ ਤੂੰ ਸਾਰਾ ਕੰਮ ਕਰ ਛੱਡ ਪਹਿਲਾਂ ਆਪਣਾ ਮਾਂ ਕੋ ਚੱਲੀਏ ਹੋਰ ਵੀਰ ਮੈਂ ਤਾਂ ਕਹਿੰਦੀ ਆਪਾਂ ਦੋਨੇ ਭੈਣ ਭਾਈ ਵਗ ਚੱਲਦੇ ਆ ਹਾਂ ਕਰ ਲੈ ਕਾਠੇ ਆਪਣੇ ਕੱਪੜੇ ਮੈਂ ਪਹਿਲਾਂ ਖਬਰ ਲੈ ਕੇ ਆਈਏ ਪਹਿਲਾਂ ਮਾਂ ਦੀ ਹੋਰ ਚੱਕ ਲੈ ਆਪਣੇ ਕੱਪੜੇ ਸਾਰੇ ਤਿਆਰ ਹੋਵਾਂ ਚੰਗ ਹੋਵਾਂ ਮੈਂ ਜੀ ਚੰਗਾ ਭਾਈ ਚੰਗਾ ਮਮਾ ਜੀ ਹੈ ਚੰਗਾ ਭਾਈ ਚੰਗਾ ਮੈਂ ਨਾ 2-4 ਦਿਨ ਲਾ ਕੇ ਆਉਂਗੀ ਚੰਗਾ ਘਰ ਸਾਮਕੇ ਰੱਖਿਓ ਤੁਸੀਂ ਕੋਈ ਨਹੀਂ ਮੰਮੀ ਕੋਈ ਨਹੀਂ ਜਾਇਆ ਤੁਸੀਂ ਮਾਰੇਓ ਗੇੜਾ ਠੀਕ ਹੈ ਪੁੱਤ ਫੋਨ ਕਰਦੇ ਹੋ ਪਹੁੰਚ ਗਏ ਹੈ ਆ ਜੀ ਫਿਰ ਭਾਣਜੇ ਤੂੰ ਹੀ ਮਾਰਦੀ ਗੇੜਾ ਹਾਂ ਹਾਂ ਮਮੇ ਪੈਂਡਿੰਗ ਹੈ ਤੇਰੇ ਕਿ ਨਹੀਂ ਸਾਰਾ ਕੁਝ ਹਾਂ ਚੰਗਾ ਸ਼ੁਕਰ ਹੈ ਗਿਆ ਹੋਰ ਹੁਣ ਨਹੀਂ ਆਉਂਦਾ ਮੰਮੀ ਗੱਲ ਸਮਝਦੀਗੀ ਆਪਣੀ ਹੋਰ ਨਾ ਹੀ ਨਹੀਂ ਲੰਦਾ ਜਾਣਦਾ ਨਾ ਮੰਮੀ ਨੇ ਹੁਣ ਆਉਣ ਦੇਣਾ ਸਰਕੋ ਇਹਨੂੰ ਤੂੰ ਐਂ ਕਰ ਚਾਹ ਬਣਾ ਹੁਣ ਉਹ ਆ ਗਿਆ ਆ ਗਿਆ ਭਾਈ ਆ ਗਿਆ ਪੁੱਤਰੀ ਉਹ ਭਣ ਜੇ ਹੈਰਾਨਗਾ ਤੇ ਹੁਣ ਤੂੰ ਨਹੀਂ ਹੈਰਾਨ ਨਹੀਂ ਮੰਮੀ ਕਿੱਥੇ ਗਈ ਉਹ ਭਾਈ ਭੈਣ ਨੂੰ ਨਾ ਮੈਂ ਬਸ ਚੜਾਤਾ ਮੈਂ ਕਿਹਾ ਤੂੰ ਜਾ ਕੇ ਬੀਬੀ ਦਾ ਪਿੰਡ ਪਤਾ ਲਿਆ ਤੇ ਮੈਂ ਗੁਰਿੰਦਰ ਹੁਣਾਂ ਕੋ ਜਾਣਾ ਦੁਬਾਰਾ ਕਿਉਂ ਕਹਤੇ ਉਹ ਭਾਈ ਤੂੰ ਤਾਂ ਚਲੇ ਜਾਣਾ ਡਿਊਟੀ ਠੀਕ ਹੈ ਨਾ ਤੇ ਪਿੱਛੇ ਬਹੂ ਰਹਿੰਦੀ ਆ ਇਕੱਲੀ ਸ਼ਹਿਰ ਦਾ ਕੰਮ ਆ ਬਈ ਮੈਂ ਭਾਈ ਜਵਾਕਾਂ ਨੂੰ ਇਕੱਲੇ ਨਹੀਂ ਛੱਡ ਸਕਦਾ ਓ ਮਾਮੇ ਮੰਮੀ ਕੱਲੀ ਕਿੱਥੇ ਜਾਊਗੀ ਬੱਸ ਉਹ ਕੋਈ ਨਹੀਂ ਅੱਗੇ ਵੀ ਤਾਂ ਕੱਲਿਓ ਜਾਂਦੀ ਰਹੀ ਆ ਤਾਂ ਕੀ ਹੋ ਗਿਆ ਨਾਲੇ ਸਿਆਣੀ ਆ ਉਹ ਕਿਹੜਾ ਜਵਾਨ ਆ ਆਲਾ ਫੜ ਕੋਈ ਨਹੀਂ ਕੁਛ ਨਹੀਂ ਹੁੰਦਾ ਮਾਲੋਵੀ ਮਾਮੇ ਨੇ ਵੀ ਜਮੇ ਸ਼ਰਮਜੱਕੀ ਪਈ ਹੈਗੀ ਬਾਣ ਦਾ ਨਾ ਮਿਲਦਾ ਹੈਗਾ ਇਹ ਇਹ ਕਰਮਜੀਤ ਹਾਂਜੀ ਉਹ ਮਾਮਾ ਫੇਰ ਆ ਗਿਆ ਹੈ ਆਹੋ ਫੇਰ ਆ ਗਿਆ ਆਹੋ ਕਹਿੰਦਾ ਮੈਂ ਤਾਂ ਤੁਹਾਡੀ ਮੰਮੀ ਨੂੰ ਚੜਾਇਆ ਬਸ ਮੈਂ ਸੋਚਿਆ ਪੁੱਛੂ ਜਬਾ ਕੋਲੇ ਹੋਣਗੇ ਰਾਖੀ ਕੌਣ ਰੱਖੂ ਆ ਕੇ ਬੈਠਾ ਲੈ ਕੰਨਿਆਣੀ ਦੀ ਤੁੰਗੜੀ ਦੀ ਉਂਗਣਾ ਵਾਲੇ ਹੈਗੇ ਕੀ ਆਹ ਕੀਹੇ ਬੰਦੇ ਨੂੰ ਜਿਵੇਂ ਬਿਸਰਮ ਹੋਇਆ ਪਿਆ ਹੈਗਾ ਮੇਰੀ ਗੱਲ ਛੋਣ ਲੋ ਮੰਮੀ ਤਾਂ ਹੁਣ ਇੱਥੋਂ ਗਈ ਹੋਈ ਹੈ ਤੁਸੀਂ ਵੀ ਵਿੱਚੋਂ ਪਿੱਛੇ ਹਟ ਜਾਓ ਇਹ ਮੰਮੀ ਨੂੰ ਤਾਂ ਮੈਂ ਕਰੂੰਗੀ ਲੋਟ ਜੇ ਮੁੜ ਕੇ ਇੱਥੇ ਪੈਰ ਵੀ ਧਰ ਗਿਆ ਤੂੰ ਸਿੱਧਾ ਨਾ ਕਹੀਂ ਜੇ ਤੇਰੇ ਕੋਲ ਕੋਈ ਸਕੀਮ ਹੈ ਤਾਂ ਉਹ ਵਰਤ ਲੈ ਤੂੰ ਜੀ ਵਸੇ ਦੇਖਦੇ ਚਾਉ ਇਹਨੂੰ ਸਭ ਮੈਂ ਕਰਦੀ ਆ ਲੋਟ ਚਰ ਕੋਈ ਨਹੀਂ ਤੂੰ ਕਹਿਣ ਦੇ ਹੁਣ ਚਾਹ ਨੂੰ ਉਹਨੂੰ ਆਪਣਾ ਆਮ ਨਾਲ ਠੀਕ ਹੈ ਆਹੋ ਹੁਣ ਪੂਜ ਪੂਜ ਜੀ ਨਹੀਂ ਉਹਦੀ ਕਰਨੀ ਪਣ ਜੇ ਉਹ ਪਣ ਜੇ ਹਾਂ ਮਾਮਾ ਉਹ ਯਾਰ ਚਾਹ ਨਹੀਂ ਬਣਾਈ ਹੈਗੀ ਉਹ ਮਾਮੇ ਤੈਨੂੰ ਚਾਹ ਦੀ ਕਹ ਰਸਾਂ ਕਰਮਜੀਤ ਸਾਰੀ ਰਾਤ ਹੋ ਗਈ ਤੰਗ ਹੁੰਦੀ ਉਹਨੂੰ ਤਾਂ ਬੁਖਾਰ ਬਹੁਤ ਹੋ ਗਿਆ ਤੇ ਯਾ ਤੂੰ ਧਰ ਲਾ ਵਿੱਚਾਂ ਲਾ ਮਾਮੇ ਮੈਂ ਤਾਂ ਕਦੀ ਪਾਣੀ ਚ ਪੱਤੀ ਨਹੀਂ ਪਾਈ ਹੈਗੀ ਮੈਂ ਚਾਹ ਕਿੱਥੇ ਬਣਾ ਲੂੰ ਉਹ ਯਾਰ ਮੇਰਾ ਸਰੀਰ ਟੁੱਟੀ ਜਾਂਦਾ ਮੈਂ ਕਹਿੰਦਾ ਸੀ ਜੇ ਤੂੰ ਧਰ ਲੰਦਾ ਤਾਂ ਫਿਰ ਪੀ ਲੰਦੇ ਆਪਾਂ ਘੋਟ ਘੋਟ ਚਾਹ ਮਾਮੇ ਤੂੰ ਐਂ ਕਰ ਫਿਰ ਮੈਂ ਵੀ ਡਿਊਟੀ ਜਾਣਾ ਮੈਂ ਲੇਟ ਹੋਈ ਜਾਣਾ ਤੂੰ ਐਂ ਕਰ ਤੂੰ ਬਣਾ ਲੈ ਚਾਹ ਨਾਲ ਸਾਨੂੰ ਪਿਲਾ ਦੇ ਹੋਰ ਆ ਬੈ ਦੁੱਧ ਫ੍ਰਿਜ ਚ ਹੈ ਦੁੱਧ ਬਾਅਦ ਚ ਬਣਾ ਪਰ ਪਾਣੀ ਤੇ ਰੱਖ ਲਵਾ ਯਾਰ ਬਣਾ ਦੇ ਬਣਾ ਦੇ ਹੈ ਮੈਂ ਫਿਰ ਦਵਾਈ ਦੇ ਦਵਾਂ ਕਰਾਂ ਜੀ ਤੈਨੂੰ ਆਹੋ ਆਹੋ ਚਲ ਕਰ ਲੈ ਮਾਮੇ ਉਹ ਹੁਣ ਕੀ ਹੋ ਗਿਆ ਆਲੇ ਫੜ ਜਾ ਪੀਲਾ ਮਾਮੇ ਹਾਂ ਚਾਹ ਦਾ ਮੈਂ ਪੀ ਲੂੰਗਾ ਮੈਂ ਨਾ ਦਵਾਈ ਦਿੱਤੀ ਘਰ ਮਿੱਤ ਨੂੰ ਹਾਂ ਉਹ ਹੁਣ ਸੁੱਤੀ ਪਈ ਐ ਮੈਂ ਕਾਨੂੰ ਠਾਲਦੀ ਐ ਹਨਾ ਸਾਰੀ ਰਾਤ ਹੋ ਗਈ ਵਿਚਾਰੀ ਨੂੰ ਤੜਫਦੀ ਨੂੰ ਮੈਂ ਤਾਂ ਇਹ ਕਹਿੰਦਾ ਨਾ ਮਾਮੇ ਵੀ ਦੋ ਦੋ ਰੋਟੀਆਂ ਤਾਰ ਲੈਂਦਾ ਹੁਣ ਰੋਟੀਆਂ ਹਾਂ ਮਾਮੇ ਰੋਟੀਆਂ ਯਾਰ ਲੱਖ ਲੱਗੀ ਹੋਣੀ ਐਵੇਂ ਫਿਰ ਡਿਊਟੀ ਜਾਣਾ ਚਲ ਕੋਈ ਨਹੀਂ ਮੈਂ ਰੋਟੀ ਬਣਾ ਲਵਾਂ ਨਾ ਮੈਂ ਹੁਣ ਕੋਈ ਨਹੀਂ ਜਵਾਕ ਬਿਮਾਰ ਹੋਇਆ ਨਾ ਕੋਈ ਕੱਦ ਦਿਨ ਪਰ ਦਵਾਈ ਦਵਾ ਕੇ ਲੈ ਕੇ ਆਉਣੀ ਆ ਤਾਂ ਮੈਂ ਮੰਮੀ ਦਵਾਈ ਲੈਣਾ ਹਾਂ ਤੂੰ ਤਾਰ ਦੇ ਦੋ ਰੋਟੀਆਂ ਹੈ ਆ ਚਲ ਮੈਂ ਹੁਣ ਇੱਕ ਦਿਨ ਬਣਾ ਹੀ ਦੇਣਾ ਤੇਰਾ ਸਾਰਾ ਦਾ ਕੰਮ ਥੋੜਾ ਕੋਈ ਆਹੋ ਕਰ ਦਣਾ ਭਾਈ ਕਰ ਦਣਾ ਹੋਰ ਕੀ ਆ ਹੋਰ ਕੀ ਆ ਰੋਟੀ ਤਾਂ ਬਣਾਉਣੀ ਪੈਣੀ ਆ ਹੁਣ ਜੇ ਬਿਮਾਰ ਜਵਾਕ ਹੁਣ ਬਣੂ ਗੱਲ ਕੋਈ ਨਹੀਂ ਬਣਾ ਦਿੰਨੇ ਆ ਕੱਦ ਦਿਨ ਕਰਨਾ ਹੀ ਪੈਣਾ ਕਿਤੇ ਅੰਦਰ ਵੀ ਨਾ ਜਾਏ ਲਿਰ ਜਾਈ ਚ ਲਿਫਟ ਕੇ ਭਾਈ ਲੇ ਵੀ ਪੀ ਲਿਆ ਰੋਟੀ ਆ ਮਾਮੇ ਆ ਬਣ ਜਾ ਮੈਂ ਚੱਲਿਆ ਤਾਂ ਫਿਰ ਡਿਊਟੀ ਹਾਂ ਮੈਂ ਆ ਸਾਮਾਨ ਦਾ ਮੜਾ ਦੇ ਕੱਪੜੇ ਕੁੱਪੜੇ ਖਿੰਡੇ ਪਏ ਆ ਮੜਾ ਦੇ ਇਕੱਠਾ ਕਰਦੀ ਚੰਗਾ ਲੱਗਦਾ ਯਾਰ ਹੱਦ ਕਰਦੀ ਤੇ ਮਾਮੇ ਗੱਲ ਇੱਕ ਹੋਰ ਹੈ ਚੱਲ ਕੋਈ ਨਹੀਂ ਦੇਖੀ ਕੂੜਾ ਜਹਾ ਬਹੁਤ ਖਿੰਡਿਆ ਪਿਆਗਾ ਥੋੜਾ ਝਾੜੂ ਜਾ ਮਾਰ ਕੇ ਨਾ ਮੋਟਾ-ਮੋਟਾ ਜਾ ਮੋਟਾ-ਮੋਟਾ ਜਾ ਮਾਰਦੀ ਉਹ ਭਾਈ ਮੈਂ ਕਦੇ ਝਾੜੂ ਲਾਇਆ ਨਹੀਂ ਹੈਗਾ ਮਾਮੇ ਜਮਾ ਔਖਾ ਨਹੀਂ ਲਾ ਤਾਂ ਮੈਂ ਦਿੰਦਾ ਦੇਖੀ ਨੌਕਰੀ ਪ੍ਰਾਈਵੇਟ ਹੈ ਮੈਂ ਇਹਨੂੰ ਦਵਾਈ ਦਵਾ ਕੇ ਆਇਆ ਹੁਣ ਉਹ ਡਾਕਟਰ ਕਹਿੰਦਾ ਵੀ ਦੋ ਤਿੰਨ ਦਿਨ ਰੈਸਟ ਕਰੋ ਭਾਈ ਕੰਮ ਕਰਨਾ ਕਰਨ ਦਿਓ ਹੁਣ ਮੇਰੀ ਨੌਕਰੀ ਪ੍ਰਾਈਵੇਟ ਹੈ ਹੁਣ ਕੰਮ ਦਾ ਫਿਰ ਔਖਾ ਹੋ ਜਾਣਾ ਮਾਮੇ ਦੋ ਦਿਨ ਦਿਨ ਕਢਾ ਦੇ ਮੇਰੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਮੈਂ ਤੈਹ ਲਾਉਣੇ ਆ ਆ ਤੈਹ ਲਾ ਕੇ ਰੱਖ ਦੀ ਅਲਮਾਰੀ ਚ ਬਾਕੀ ਨਾ ਬਾਹਰ ਪੋਚਾ ਪਿਆ ਪੋਚਾ ਦਾ ਮਾਰਦੀ ਮੋਟਾ ਮੋਟਾ ਜਾ ਚਲ ਮੈਂ ਤੂੰ ਜਿੱਦਾਂ ਲੱਗਿਆ ਮੈਂ ਮਾਰ ਦੇਣਾ ਮੈਂ ਹਾਂ ਫਿਰ ਨਾ ਮੈਨੂੰ ਕਿਹੋ ਵੀ ਵੀ ਇਦਾਂ ਕਰ ਤਾਂ ਲੈਣਾ ਹੀ ਆ ਬਾਤੀਆਂ ਤੇ ਇੱਥੇ ਐ ਕਰੀ ਦੁਪਹਿਰੇ ਜੇ ਨਾ ਕਰਮਜੀਤ ਨੂੰ ਥੋੜਾ ਦਲੀਆ ਬਣਾ ਕੇ ਦੇ ਦੀ ਉਹਨਾਂ ਦਵਾਈ ਲੈਣੀ ਵਿਚਾਰੀ ਨੇ ਇੰਨਾ ਕੁ ਬਣਾ ਦੀ ਉਸ ਚ ਦਾਲ ਪਈਏ ਦਲੀਏ ਵਿੱਚ ਮੈਨੂੰ ਬਹੂ ਕੋ ਜਾਂਦਾ ਚੰਗਾ ਲੱਗਦਾ ਕੁਛ ਨਹੀਂ ਤੂੰ ਬਾਜ ਮਾਰਦੀ ਬਸ ਉਹ ਲੈ ਜੂਗੀ ਆਪੇ ਤੂੰ ਚਿੰਤਾ ਨਾ ਕਰ ਮਾਮੇ ਫਿਰ ਬਜ਼ੁਰਗਾਂ ਦਾ ਸਹਾਰਾ ਹੁੰਦਾ ਦੇਲਾ ਨਿਆਣਿਆਂ ਨੂੰ ਉਹ ਚੱਲ ਠੀਕ ਆ ਯਾਰ ਠੀਕ ਆ ਠੀਕ ਆ ਚੱਲ ਤੂੰ ਜਾ ਕੰਮ ਤੇ ਡਿਲੇਟ ਨਾ ਹੋ ਨਿਕਲ ਹਾਂ ਠੀਕ ਆ ਕਰਦੀ ਫਿਰ ਮਾਮੇ ਹੈ ਆਹੋ ਹੂੰ ਕਰਨਾ ਪੈਣਾ ਭਾਈ ਕੀ ਕਰੀਏ ਉਹ ਹੱਥ ਫੋਗ ਗਿਆ ਯਾਰ ਭਾਈ ਉਹ ਥੋੜਾ ਦਲੀਆ ਬਣਿਆ ਪਿਆ ਭਾਈ ਚੱਕ ਲਿਓ ਆਪਣਾ ਓਹ ਹੋ ਓਹ ਹੋ ਬਾਹ ਤੀਰੀਆ ਸਗੋਂ ਬੜੀ ਔਖਾਂ ਫੜੀ ਅੱਧੇ ਦਿਨ ਚ ਬਸ ਕਰਾਤੀ ਨਾ ਤਾਂ ਕਦੇ ਕੱਪੜੇ ਪ੍ਰੈਸ ਕਰ ਲਾਂ ਕਦੇ ਝਾੜੂ ਮਾਰ ਲਾਂ ਪੋਚੇ ਹਲਾ ਦੇ ਦਲੀਆ ਬਣਾ ਦੇ ਹੁਣ ਕਿਤੇ ਜਾਣ ਹੁਣਾ ਕਹਿਦੇ ਵੀ ਕਿਤੇ ਇਹ ਤਾਂ ਕੰਮ ਔਖਾ ਡਾਕਟਰ ਨੇ ਕਿਹਾ 2-3 ਦਿਨ ਬੈੱਡ ਰੈਸਟ ਦੇਣੀ ਆ ਵਰਦੀ ਭੈਣ ਵੀ ਗਈ ਹੋਈ ਆ ਦੱਸ ਮੇਰਾ ਤਾਂ ਇੱਥੇ ਹੋ ਜੋ ਬੁਰਾ ਹਾਲ ਉੱਤੋਂ ਦੀ ਮਾਲ ਵੀ ਖਤਮ ਆਇਆ ਮੇਰਾ ਤਾਂ ਤੇ ਰਿਆ ਪੂੰ ਬੋਰੀ ਬੇਸਤਰਾ ਬੰਨ ਇਹ ਚਿੱਤਾ ਕੰਮ ਔਖਾ ਮਨ ਸਕੀਮ ਲਾਉਣੀ ਪਣੀ ਆ ਮਾਨਾ ਮਾਰ ਕੇ ਮੈਂ ਹੀ ਜਾਣਾ ਕੋਈ ਵੀ ਮੈਨੂੰ ਤਾਂ ਪੰਡ ਕੰਮ ਨਾ ਕੋਈ ਐਨੀ ਗੱਲ ਬਣਨੀ ਹੈਗੀ ਕਿੰਨਾ ਦਿਨ ਕੰਮ ਕਰੀ ਜਾਵਾਂਗੇ ਇੱਥੇ ਤਾਂ ਓਹ ਹੋ ਉਹ ਦੇਖ ਲੈ ਨਾਸ ਬੱਜਿਆ ਪਿਆ ਮਾਮਾ ਮੇਰਾ ਮੇਰੀ ਗੱਲ ਸੁਣੋ ਮੈਂ ਤਾਂ ਪਈ ਬਈ ਵੀ ਥੱਕ ਵੀ ਮਰਦਾ ਦੇਖੀ ਟੂ ਬਈ ਦੁੱਖਾਂ ਲਾਗੀ ਉਹ ਹਾਲ ਤਾਂ ਇੱਕ ਦਿਨ ਹੋਇਆ ਓਹ ਭਾਈ ਗੁਰਿੰਦਰ ਹਾਂ ਮਾਮੇ ਆ ਜਾ ਆ ਜਾ ਓ ਮੈਂ ਠੀਕ ਆ ਭਾਈ ਹੁਣ ਹਾਂ ਮਾਮੇ ਦੋ ਦਿਨ ਹੋਰ ਰੈਸਟ ਕਰਨੀ ਪੈਣੀ ਦੋ ਦਿਨ ਹੋਰ ਅਰੈਸਟ ਕਰਨੀ ਪਣੀ ਆਹੋ ਫਿਰ ਇੱਕ ਦਿਨ ਤਾਂ ਹੋ ਗਿਆ ਡਾਕਟਰ ਨੇ ਦੋ ਤਿੰਨ ਦਿਨ ਕਿਹਾ ਤਾਂ ਨਾ ਫਿਰ ਇੱਕ ਦਿਨ ਲੰਘਾ ਦੋ ਦਿਨ ਹੋਰ ਅਰੈਸਟ ਕਰਨੇ ਪੈਣੇ ਉਹ ਭਾਈ ਗੱਲ ਸੁਣੋ ਮੇਰੀ ਤੁਸੀਂ ਗੁੱਸਾ ਨਾ ਕਰਿਓ ਮੈਨੂੰ ਪਿੰਡੋਂ ਆਇਆ ਸੀ ਫੋਨ ਹੂੰ ਤੇ ਉਹ ਕਹਿੰਦੇ ਵੀ ਪਿੰਡ ਦੀ ਪੰਚਾਇਤੀ ਜਿਹੜੀਆਂ ਵੋਟਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਮੈਨੂੰ ਕੋਈ ਮੈਂਬਰ-ਮੁੰਬਰ ਚੁਣਿਆ ਉਹਨਾਂ ਨੇ ਤੇ ਮੈਨੂੰ ਭਾਈ ਜਾਣਾ ਪੈਣਾ ਹੁਣ ਜਾਣਾ ਪੈਣਾ ਮਾਮੇ ਔਖਾ ਹੋ ਜੂ ਸਾਨੂੰ ਪਿੱਛੇ ਦੇ ਉਹ ਨਹੀਂ ਭਾਈ ਮੈਂ ਤਾਂ ਤੁਹਾਡੀ ਮੰਮੀ ਨੂੰ ਭੇਜ ਦਿੰਦਾ ਉਹ ਆਜੂਗੀ ਤਾਂ ਮੇਰੇ ਤਾਂ ਉਹਨਾਂ ਨੇ ਫਾਰਮ ਭਰਤਾ ਉੱਥੇ ਤਾਂ ਮੈਨੂੰ ਭਾਈ ਜਾਣਾ ਜ਼ਰੂਰੀ ਬਣਦਾ ਮੇਰਾ ਠੀਕ ਹੈ ਨੀ ਤੇ ਮੈਂ ਹੁਣ ਜਾਣਾ ਵਾ ਤੇ ਤੁਸੀਂ ਆਪਣਾ ਧਿਆਨ ਰੱਖਿਓ ਉਹ ਕੰਮ ਹੀ ਬਤਾਏਂਗੀ ਦੀਦੀ ਵਿਛੜਾ ਤੇ ਚੀ ਲੱਗਿਆ ਤੀ ਜੇ ਸਾਡੇ ਦੋਗ ਦਿਨ ਹੋਰ ਲੱਗ ਉਹ ਨਹੀਂ ਭਾਈ ਜੀ ਨੂੰ ਕੁਝ ਨਹੀਂ ਹੁੰਦਾ ਹੈਗਾ ਮੇਰੇ ਤਾਂ ਉਥੇ ਫਾਰਮ ਭਰੇ ਪਏ ਨੇ ਤਾਂ ਮੈਂ ਨਹੀਂ ਹੁਣ ਭਾਈ ਰਹਿਣਾ ਮੈਂ ਥੋੜੀ ਮੰਮੀ ਨੂੰ ਭੇਜ ਦਿੰਨਾ ਉਹ ਸੰਭਲੂਗੀ ਆ ਕੇ ਠੀਕ ਹੈ ਨਾ ਨਹੀਂ ਮੈਂ ਨਹੀਂ ਜਾਂਦਾ ਹੁਣ ਮੈਂ ਚੱਲਿਆ ਉਹ ਮਾਮੇ ਉਹ ਨਹੀਂ ਦੇਖਿਆ ਆ ਗਈ ਨਾ ਸਕੇਮ ਕੰਮ ਉਈਓ ਕਦੇ ਮੰਮੀ ਕਦੇ ਤੁਸੀਂ ਦੋਹਾਂ ਤੋਂ ਨਹੀਂ ਨਿਕਲਿਆ ਹੋ ਜਾਂਦਾ ਤੇ ਟੀਵੀ ਬਣਿਆ ਦੇਖ ਲਾਓ ਹੋਣ ਨਹੀਂ ਆਉਂਦਾ ਚਲ ਤੂੰ ਆਪਣਾ ਲੋਟ ਹੋ ਜਾ ਮੈਂ ਤਾਂ ਲੋਟ ਹੀ ਆ ਮੈਨੂੰ ਤੇ ਵਾਦ ਟੱਲੀ ਵਰਗੀ ਆਂ ਐ ਕਰਦਾ ਮੈਂ ਮੜ ਜਾ ਹੁਣ ਗਿਰੇ ਜੇ ਮੂੰਹ ਨਾਲ ਨਾ ਉਹਨੂੰ ਤੋੜ ਦਵਾ ਠੀਕ ਹੈ ਤੋੜੇ ਪਰ ਹਾਂ ਕੁੜੀ ਹੋ ਜਾਉਂਦਾ ਹਾਂ ਹਾਂ ਠੀਕ ਆ ਭਾਈ ਭਣ ਜੇ ਹੂੰ ਧਿਆਨ ਰੱਖੀ ਬਹੁਤਾ ਠੀਕ ਹੈ ਠੀਕ ਆ ਮਮੇ ਚੰਗਾ ਹੱਸਦੀ ਆ ਮਮੇ ਮੈਂ ਤਾਂ ਇਹ ਕਹਿੰਦਾ ਦਰ ਵੀ ਦੋ ਦਿਨ ਕਢਾ ਜਾਂਦਾ ਦੇਖੀ ਉਹ ਨਹੀਂ ਭਾਈ ਉੱਥੇ ਮੇਰੇ ਫਾਰਮ ਭਰੇ ਪਏ ਆ ਮੈਨੂੰ ਕੰਮ ਆ ਪਿੰਡ ਮਾਮੇ ਜੀ ਨਹੀਂ ਲੱਗਣਾ ਸੋ ਨਹੀਂ ਯਾਰ ਤੈਨੂੰ ਮੈਂ ਕਹੀ ਜਾਂਦਾ ਹੱਦ ਹੋਈ ਪਈ ਯਾਰ ਤੇਰੇ ਵਾਲੀ ਕੋਈ ਮੈਂ ਸਾਡਾ ਜੀ ਨਹੀਂ ਲੱਗਦਾ ਓਏ ਯਾਰ ਨਹੀਂ ਕਿਤੇ ਫੇਰ ਮਰ ਜੂ ਯਾਰ ਕਿਹੜਾ ਯਾਰ ਕਮਾਲ ਆ ਯਾਰ ਹੱਦ ਹੋਈ ਪਈ ਆ ਹੋਰ ਚੱਲੀਏ ਟਾਈਮ ਨਾਲ ਦੇਖ ਨਾ ਹੋ ਮਤ ਸੱਚੇ ਮਾਮਾ ਲੱਗਣ ਲੱਗ ਗਿਆ ਉਹਦੇ ਆ ਹੁਣ ਹੈ ਘਰ ਹੁਣ ਮਾਮਾ ਗਿਆ ਹੁਣ ਨਹੀਂ ਆਉਂਦਾ ਇਹ ਚਲ ਆਪਾਂ ਚੱਲਦੇ ਆਂ ਰੇ ਆਜਾ ਸ਼ੁਕਰ ਹੈ ਗਿਆ ਓਏ ਹੁਣ ਨਾ ਭਾਈ ਮਾਮਾ ਮਾਮਾ ਮੈਂ ਤਾਂ ਕਹਿਣਾ ਅੱਜ ਦੇ ਬਾਅਦ ਕਿਸੇ ਦਾ ਮਾਮਾ ਨਾ ਆਵੇ ਉਹ ਫੇਰ ਆ ਗਿਆ ਮੈਨੂੰ ਲੱਗਦਾ ਮਾਮਾ ਹੁਣ ਦੀ ਮਾਮਾ ਦਾ ਕੋਈ ਹੋਰ ਹੋਣਾ ਖੜ ਜਾ ਮੈਂ ਦੇਖ ਲੈਂਦਾ ਠੀਕ ਓ ਮੜਾ ਜਾ ਸਤਿ ਸ਼੍ਰੀ ਅਕਾਲ ਜੀਜਾ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਹੈ ਹੁਣ ਲਿਆਣੇ ਦੇ ਮਾਮਾ ਆ ਗਿਆ